ਜੱਸੀ ਪੁੱਤਾ। ਹਾਂਜੀ ਬਾਪੂ। ਰੋਟੀ ਲਾ ਦਿੰਦੀ ਪੁੱਤਾ? ਉਹ ਬਾਪੂ ਮੈਂ ਹੁਣੀ ਬਣਾ ਦਿੰਦੀ ਆ ਰੋਟੀ, ਮੈਂ ਝਾੜੂ ਮਾਰਨ ਲੱਗੀ ਸੀ ਪਹਿਲਾਂ। ਪੁੱਤ ਤੂੰ ਰੋਜ਼ ਹੀ ਲੇਟ ਹੋ ਜਾਂਦੀ ਆ, ਦੇਖਾ ਦੁਪਹਿਰਾ ਕਰਤਾ ਦਿੰਦੇ। ਕਿੱਡੀ ਕੁ ਗੱਲ ਹੈ ਬਾਪੂ, 5 ਮਿੰਟ ਨਹੀਂ ਲੱਗੇ ਰੋਟੀ ਨੂੰ, ਹੁਣ ਬਣਾ ਦਿੰਦੀ ਆ। ਹੁਣ ਬਣਾਏਗੀ ਤੂੰ? ਚੱਲ ਕੋਈ ਨਾ, ਮੈਂ ਨਿਰਮਲ ਕੇ ਭੋਗ ਦੇਣਾ, ਉੱਥੇ ਖਾ ਲੂੰ ਮੈਂ ਰੋਟੀ। ਉਹ ਬਾਪੂ 2 ਮਿੰਟ ਦੀ ਗੱਲ ਹੈ, ਮੈਂ ਬਣਾ ਦਿੰਦੀ ਆ, ਗੁੱਸੇ ਕਿਉਂ ਹੋ ਕੇ ਜਾਂਦੇ ਹੋ? ਬਸ ਕਰ, ਰੋਜ਼ ਤੈਨੂੰ ਕਹਿਣਾ ਪੈਂਦਾ, ਰੋਜ਼ ਰੋਜ਼ ਆ। ਬਾਪੂ ਵੀ ਨਾ ਮਾੜੀ ਮਾੜੀ ਗੱਲ 'ਤੇ ਖਿਜਿਆ ਹੀ ਰਹਿੰਦਾ ਹੈਗਾ, ਐਂ ਨਹੀਂ ਕਰਨਾ ਉਹੀ ਨਹੀਂ ਕਰਨਾ, ਸਾਜਰੇ ਉੱਠ ਜਾਇਆ ਕਰ। ਸਾਜਰੇ ਉੱਠ ਕੇ ਦੱਸ ਮੈਂ ਕੀ ਕਰਨਾ ਹੈਗਾ, ਕੰਮ ਹੀ ਆ, ਮੈਂ ਵੀ ਬਾਅਦ 'ਚ ਕਰਨਾ, ਪਹਿਲਾਂ ਵੀ ਮੈਂ ਹੀ ਕਰਨਾ, ਉਹੀ ਬਸ। ਚਾਚੇ ਨੂੰ ਕਿੰਨੀ ਵਾਰੀ ਕਿਹਾ, ਵੀ ਚਾਬੀ ਕੋਠੇ ਦੀ ਰੱਖਿਆ ਕਰ, ਨਾਲ ਹੀ ਲੈ ਆਉਂਦਾ ਅਸ। ਚਾਚਾ, ਓ ਚਾਚਾ, ਹਾਂਜੀ ਸੰਜੇ। ਚਾਚਾ ਕਿੱਥੇ ਆ? ਉਹ ਤਾਂ ਇੱਧਰ ਹੀ ਗਏ ਨੇ, ਤੁਸੀਂ ਆਓ ਬੈਠੋ, ਛਾ ਪਾਣੀ ਕੁਛ? ਨਾ ਨਾ ਕੁਛ ਨਹੀਂ ਚਾਹੀਦਾ ਮੈਨੂੰ, ਮੈਂ ਤਾਂ ਚਾਬੀ ਪੁੱਛਦਾ, ਚਾਚਾ ਕਹਿੰਦੇ ਕਹਿੰਦੇ ਨਾਲ ਹੀ ਲਿਆਉਂਦਾ ਚਾਬੀ। ਹਾਂ ਬਾਪੂ ਸ਼ਾਮੀ ਖੇਤ ਗਏ ਤਾਂ ਸੀਗੇ, ਸ਼ਾਇਦ ਨਾਲ ਹੀ ਲਿਆਏ ਚਾਬੀ। ਕੋਈ ਨਾ ਮੈਂ ਚਾਬੀ ਦਿੰਦੀ ਹਾਂ, ਤੁਸੀਂ ਬੈਠੋ, ਨਾਲੇ ਮੈਂ ਚਾਹ ਬਣਾ ਕੇ ਲਿਆਉਂਦੀ ਹਾਂ। ਨਾ ਨਾ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ, ਚੱਲ ਕੋਈ ਨਹੀਂ ਚਾਚੇ ਨੂੰ ਪੁੱਛ ਲੂੰਗਾ ਮੈਂ। ਸੰਜੇ ਤੂੰ ਐਂ ਕਿਉਂ ਕਰਦਾ, ਫਿਰ ਕੀ ਹੋ ਗਿਆ, ਇਹ ਵੀ ਤੇਰਾ ਆਪਦਾ ਘਰ ਹੈ, ਬੈਠ ਜਾ। ਮੈਂ ਇੰਨੇ ਪਿਆਰ ਨਾਲ ਤੈਨੂੰ ਕਹਿ ਰਹੀ ਹਾਂ ਵੀ ਮੈਂ ਤੇਰੇ ਲਈ ਚਾਹ ਬਣਾ ਕੇ ਲਿਆਉਂਦੀ ਹਾਂ। ਦੇਖ ਜੱਸੀ, ਮੈਂ ਚਾਹ ਪਾਣੀ ਕੁਛ ਨਹੀਂ ਪੀਣਾ, ਨਾਲੇ ਗੱਲ ਧਿਆਨ 'ਚ ਰੱਖਿਆ ਕਰ। ਤੇਰਾ ਡੈਡੀ ਭਾਵੇਂ ਮੇਰਾ ਸਗਾ ਚਾਚਾ ਨਹੀਂ ਹੈਗਾ, ਪਰ ਮੈਂ ਆਪਦਾ ਸਮਝਦਾ ਉਹਨਾਂ ਨੂੰ। ਇਹ ਤਾਂ ਚੱਲ ਉਹਨਾਂ ਦੀ ਸਿਹਤ ਵੀ ਠੀਕ ਨਹੀਂ ਰਹਿੰਦੀ, ਤਾਂ ਮੈਂ ਕੰਮ ਕਾਰ ਕਰਾ ਦਿੰਦਾ ਨਾਲ। ਬਸ ਤੇਰੀਆਂ ਅਸੀਂ ਹਰਕਤਾਂ ਕਰਕੇ ਮੈਂ ਇੱਥੇ ਆਉਣਾ ਪਸੰਦ ਨਹੀਂ ਕਰਦਾ, ਜੋ ਤੂੰ ਸੋਚਦੇ ਹੋ ਕਦੇ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ ਸੰਜੇ, ਤੈਨੂੰ ਪਤਾ ਮੈਂ ਸਕੂਲ ਟਾਈਮ ਤੋਂ ਤੈਨੂੰ ਪਸੰਦ ਕਰਦੀ ਹਾਂ, ਤੈਨੂੰ ਦੇਖਣ ਲਈ ਨਾ ਸਾਰਾ ਦਿਨ ਤਰਸਦੀ ਰਹਿੰਦੀ ਹਾਂ, ਜਦੀ ਤੂੰ ਸਾਡੇ ਘਰ ਆਉਂਦਾ ਮੈਨੂੰ ਤਾਂ ਚਾਅ ਜਿਹਾ ਚੜ ਜਾਂਦਾ, ਅਤੇ ਤੂੰ ਤੂੰ ਐਂ ਬਿਹੇਵ ਕਰਦਾ ਮੇਰੇ ਨਾਲ, ਮੈਨੂੰ ਚੰਗਾ ਨਹੀਂ ਲੱਗਦਾ। ਤੂੰ ਦੱਸ ਮੇਰੇ 'ਚ ਕਮੀ ਕੀ ਹੈ? ਜੱਸੀ ਤੇਰੇ 'ਚ ਕੋਈ ਕਮੀ ਨਹੀਂ ਹੈਗੀ, ਤੂੰ ਬਹੁਤ ਚੰਗੀ ਕੁੜੀ ਹੈ, ਪਰ ਗੱਲ ਤੈਨੂੰ ਪਤਾ ਹੋਣਾ ਚਾਹੀਦਾ ਕਿ ਤੂੰ ਮੇਰੇ ਪਿੰਡ ਦੀ ਕੁੜੀ ਹੈ। ਫਿਰ ਇਹ 'ਚ ਮੇਰੀ ਗਲਤੀ ਹੈ ਸੰਜੇ, ਜੇ ਮੈਂ ਪਿੰਡ ਦੀ ਕੁੜੀ ਹਾਂ, ਤੂੰ ਇਹ ਕਿਉਂ ਨਹੀਂ ਸੋਚਦਾ ਮੈਂ ਤੈਨੂੰ ਪਿਆਰ ਵੀ ਤਾਂ ਕਰਦੀ ਹਾਂ। ਬਸ ਕਰ ਜੱਸੀ, ਜਿਹੜੇ ਕੰਮ ਆਇਆ ਨਾ ਬਸ ਮੈਨੂੰ ਉਹ ਦੱਸ ਦੇ, ਨਹੀਂ ਮੈਂ ਆਪੇ ਦੇਖ ਲੂੰ ਜਾ ਕੇ। ਸੰਜੇ ਤੂੰ ਗੁੱਸੇ ਕਿਉਂ ਹੁੰਦਾ, 5 ਮਿੰਟ ਬੈਠ, ਨਾਲੇ ਮੈਂ ਤੈਨੂੰ ਚਾਬੀ। ਨਾ ਨਾ ਬਸ ਸੰਜੇ, ਸੰਜੇ ਅੱਜ ਵੀ ਨਹੀਂ ਕੁਛ ਦੱਸ ਕੇ ਗਿਆ। ਹਾਂ ਐਤਕੀ ਤਾਂ ਗਰਮੀ ਦੀ ਛੁੱਟੀਆਂ ਨਾ ਮਜ਼ੇਦਾਰ ਨਿਕਲਣਗੀਆਂ ਜੱਸੀ ਅਤੇ ਫੁੱਫੜ ਜੀ ਦੇ ਨਾਲ। ਉਹਨਾਂ ਨੂੰ ਤਾਂ ਪਤਾ ਵੀ ਨਹੀਂ ਕਿ ਮੈਂ ਉਹਨਾਂ ਦੇ ਪਿੰਡ ਵੀ ਆ ਗਈ ਹਾਂ। ਫੋਨ ਕਰਦੀ ਹਾਂ। ਚੱਕਿਆ ਨਹੀਂ। ਇੱਕ ਤਾਂ ਇਹ ਕੁੜੀ ਊਂ ਤਾਂ ਸਾਰਾ ਦਿਨ ਫੋਨ 'ਤੇ ਲੱਗੀ ਰਹਿੰਦੀ ਹੈ, ਪਰ ਜਦੋਂ ਮੈਂ ਫੋਨ ਕਰਦੀ ਹਾਂ ਨਾ ਮਜਾਲ ਹੈ ਕਦੇ ਉਹਦੇ ਹੱਥ 'ਚ ਫੋਨ ਹੋਵੇ। ਇੱਕ ਵਾਰ ਹੋਰ ਟਰਾਈ ਕਰਦੀ ਹਾਂ। ਜੱਸੀ ਭੈਣੇ ਫੋਨ ਚੱਕ ਲੈ। ਤਾਂ ਫੋਨ ਹੀ ਨਹੀਂ ਚੱਕ ਰਹੀ, ਕੀ ਕਰਾਂ? ਵੇਟ ਕਰਾਂ ਬੈਕ ਕਾਲ ਦੀ ਜਾਂ ਤੁਰ ਕੇ ਹੀ ਜਾਵਾਂ? ਜਿੱਥੇ ਸਰਪ੍ਰਾਈਜ਼ ਦੇਣਾ ਹੀ ਹੈ ਘਰ ਜਾ ਕੇ ਹੀ ਦੇ ਲੈ, ਤੁਰ ਕੇ ਹੀ ਚੱਲਦੀ ਹਾਂ। ਬਹੁਤ ਵਧੀਆ, ਤੁਸੀਂ ਤਾਂ ਸਰਪ੍ਰਾਈਜ਼ ਹੀ ਦੇਤਾ ਮੈਨੂੰ, ਸੱਚੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਤੁਸੀਂ ਆਣਾ ਲੈ, ਫੋਨ ਤਾਂ ਕਰ ਦਿੰਦੇ। ਓਹੋ ਮੈਡਮ ਆਪਣਾ ਫੋਨ ਚੈੱਕ ਕਰੋ,
ਘੱਟੋ ਘੱਟ 15-20 ਕਾਲਸ ਕੀਤੀਆਂ, ਅੱਧੇ ਘੰਟੇ ਤੋਂ ਬੱਸ ਸਟੈਂਡ 'ਚ ਤੁਹਾਡੀ ਵੇਟ ਕਰ ਰਹੀ ਹਾਂ। ਓਹੋ, ਮੈਨੂੰ ਇਹਦਾ ਫੋਨ ਕਿੱਥੇ ਆ ਤੇਰਾ? ਫੋਨ ਤਾਂ ਮੇਰਾ ਅੰਦਰ ਪਿਆ, ਸਾਇਲੈਂਟ ਸੀਗਾ, ਮੈਨੂੰ ਪਤਾ ਨਹੀਂ ਚੱਲਿਆ। ਤੁਸੀਂ ਦੱਸਣਾ ਸੀ ਤਾਂ ਪਹਿਲਾਂ ਦੱਸ ਦੇ ਮੈਨੂੰ, ਹੁਣ ਐਟ ਏ ਟਾਈਮ 'ਤੇ ਕੀ ਪਤਾ ਚੱਲਦਾ? ਜੇ ਪਹਿਲਾਂ ਦੱਸ ਦਿੰਦੀ ਕਾਹਦਾ ਸਰਪ੍ਰਾਈਜ਼ ਰਹਿ ਜਾਂਦਾ? ਮੈਂ ਤਾਂ ਸਗੋਂ ਮੰਮੀ ਨੂੰ ਵੀ ਮਨਾ ਕਰ ਰੱਖਿਆ ਸੀ ਵੀ ਫੁੱਫੜ ਜੀ ਨੂੰ ਦੱਸਿਓ ਨਾ ਵੀ ਐਤਕੀ ਛੁੱਟੀਆਂ ਮੈਂ ਜੱਸੀ ਨਾਲ ਬਿਤਾਉਣੀਆਂ ਨੇ। ਹਾਏ ਸੱਚੀ, ਮੈਂ ਤਾਂ ਇਕੱਲੀ ਸੀ ਘਰੇ, ਮੈਨੂੰ ਤਾਂ ਐਂ ਸੀ ਵੀ ਕੋਈ ਨਾ ਕੋਈ ਆ ਜੇ, ਵਧੀਆ ਤੁਸੀਂ ਆ ਗਏ, ਮੇਰਾ ਟਾਈਮ ਪਾਸ ਹੋ ਜੂਗਾ। ਉਹ ਤਾਂ ਸਭ ਠੀਕ ਹੈ, ਪਰ ਤੂੰ ਇਹ ਦੇਖ ਨਾ ਮੈਨੂੰ ਕਿੰਨੀ ਵੇਟ ਕਰਨੀ ਪਈ। ਫੋਨ ਦਾ ਹਾਲ ਦੱਸ, ਮੈਨੂੰ ਕਿੱਥੇ ਹੈ, ਤੂੰ ਫੋਨ ਕਿਉਂ ਨਹੀਂ ਚੱਕਿਆ? ਵੈਸੇ ਇੱਕ ਗੱਲ ਹੈ, ਤੁਸੀਂ ਮੈਨੂੰ ਸਰਪ੍ਰਾਈਜ਼ ਦੇਣ ਆਏ ਸੀ, ਤੁਹਾਡਾ ਖੁਦ ਦਾ ਸਰਪ੍ਰਾਈਜ਼ ਬਣ ਗਿਆ। ਨਾਲੇ ਹਾਂ ਸੱਚ, ਫੋਨ ਹੋ ਤਾਂ ਅੰਦਰ ਪਿਆ ਸੀ ਸਾਇਲੈਂਟ। ਸਾਇਲੈਂਟ, ਉਹ ਵੀ ਤੇਰਾ ਫੋਨ, ਭਲਾ ਕਿਉਂ? ਓਹੋ ਪ੍ਰੀਤ ਦੀਦੀ, ਇਹ ਜਿਹਾ ਕੁਛ ਨਹੀਂ ਜੋ ਤੁਸੀਂ ਸੋਚ ਰਹੇ ਹੋ। ਬਾਪੂ ਨਾ ਮਾੜੀ ਮਾੜੀ ਗੱਲ 'ਤੇ ਮੈਨੂੰ ਫੋਨ ਪਿੱਛੇ ਸੁਣਾ ਦਿੰਦਾ, ਜੇ ਇੱਕ ਦੋ ਵਾਰੀ ਮੇਰਾ ਫੋਨ ਵੱਜ ਵੀ ਜਾਵੇ ਕਹੂਗਾ ਹਾਂ ਹਾਂ ਤੂੰ ਕੰਮ ਤਾਂ ਕੋਈ ਕਰਦੀ ਨਹੀਂ, ਫੋਨ 'ਚ ਹੀ ਬੜੀ ਰਹਿੰਦੀ ਹੈ, ਤਾਂ ਕਰਕੇ ਸਾਇਲੈਂਟ ਲਾ ਦਿੰਦੀ ਹਾਂ ਮੈਂ। ਪੱਕੀ ਗੱਲ ਹੈ? ਹਾਂ ਹਾਂ, ਤੁਸੀਂ ਇੱਥੇ ਕਦੋਂ ਖੜੇ ਹੋ? ਆ ਜਾਓ, ਮੈਂ ਬੈਠ ਕੇ ਗੱਲਾਂ ਕਰਦੇ, ਨਾਲ ਮੈਂ ਚਾਹ ਪਾਣੀ ਬਣਾਉਣੀ ਆ। ਅਜੇ ਯਾਦ ਰੱਖੀ, ਵੱਡੀ ਭੈਣ ਆ ਤੇਰੀ, ਕੋਈ ਗੱਲ ਤੂੰ ਮੇਰੇ ਤੋਂ ਲੁਕੋ ਨਹੀਂ ਸਕਦੀ। ਆ ਜਾਓ ਆ ਜਾਓ। ਪਹਿਲਾਂ ਤਾਂ ਮੈਨੂੰ ਇਹ ਦੱਸ, ਫੁੱਫੜ ਜੀ ਕਦੋਂ ਤੱਕ ਆਣਗੇ? ਓਹੋ ਆਉਂਦੇ ਹੋਣੇ ਆ ਬਾਪੂ ਜੀ, ਇੱਧਰ ਨਾ ਕਿਸੇ ਦੇ ਭੋਗ 'ਤੇ ਗਏ ਸੀਗੇ, ਅਤੇ ਤੁਸੀਂ ਫੋਨ ਲੈ ਲਿਆ, ਕਿੱਡਾ ਸੋਹਣਾ ਫੋਨ ਹੈ। ਉਹ ਫਿਰ ਤੈਨੂੰ ਪਤਾ ਹੀ ਹੈ, ਪੜ੍ਹਾਈ ਦੇ ਵਿੱਚ ਨਾ ਕਿੰਨੇ ਸਾਰੇ ਡਾਕੂਮੈਂਟ। ਬੱਲੇ ਉਹ ਪੁੱਤਰ ਜੀ, ਸਤਿ ਸ਼੍ਰੀ ਅਕਾਲ ਫੁੱਫੜ ਜੀ, ਕਿਵੇਂ ਹੋ? ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਪੜ੍ਹਾਈ ਕਿਵੇਂ ਚੱਲ ਰਹੀ ਤੇਰੀ? ਪੜ੍ਹਾਈ ਵਧੀਆ, ਪੇਪਰ ਦੇ ਲਏ ਆ, ਬਸ ਮਹੀਨੇ ਤੱਕ ਰਿਜ਼ਲਟ ਆ ਜਾਊਗਾ, ਉਦੋਂ ਤੱਕ ਛੁੱਟੀਆਂ ਨੇ, ਤਾਂ ਹੀ ਤਾਂ ਮੈਂ ਪਲਾਨ ਬਣਾਇਆ, ਮੰਮੀ ਨਾਲ ਸਲਾਹ ਕੀਤੀ ਸੀ ਵੀ ਹਲੇ ਦੱਸਿਓ ਨਾ ਫੁੱਫੜ ਜੀ ਨੂੰ। ਅੱਛਾ ਅੱਛਾ, ਤੇ ਚੱਲ ਪੁੱਤ ਵਧੀਆ, ਤੂੰ ਪੜ੍ਹ ਰਹੀ ਆ, ਆਪਣੇ ਖਾਨਦਾਨ 'ਚ ਤਾਂ ਇਕੱਲੀ ਤੂੰ ਹੀ ਆ ਜਿਹੜੀ ਪੜ੍ਹ ਲਿਖ ਗਈ, ਇਹਨੂੰ ਬੜਾ ਕਿਹਾ ਵੀ ਪੜ੍ਹ ਲਾ ਪੁੱਤ, ਇਹ ਪੜ੍ਹੀ ਨਹੀਂ ਹੈਗੀ ਦੱਸਾਂ। ਕੋਈ ਨਹੀਂ ਫੁੱਫੜ ਜੀ, ਇਹ ਵੀ ਪੜ੍ਹ ਲੂਗੀ, ਤੁਹਾਨੂੰ ਤਾਂ ਪਤਾ ਹੀ ਹੈ ਭੂਆ ਜੀ ਦੇ ਜਾਣ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਇਹਨੇ ਆਪਣੇ ਸਿਰ 'ਤੇ ਰੱਖੀ ਹੋਈ ਹੈ। ਤੂੰ ਨਾ ਕਿਸ ਤਰ੍ਹਾਂ ਕਰਕੇ ਪ੍ਰਾਈਵੇਟ ਐਡਮਿਸ਼ਨ ਲੈ ਲੈ, ਗ੍ਰੈਜੂਏਸ਼ਨ ਤਾਂ ਕਰ ਲੈ ਪੂਰੀ, ਪਲੱਸ ਟੂ ਕੀ ਕੌਣ ਪੁੱਛਦਾ ਅੱਜ ਕੱਲ੍ਹ ਪਲੱਸ ਟੂ ਨੂੰ? ਓਹੋ ਭੈਣੇ, ਆਹੋ ਪੁੱਤ, ਮੈਂ ਤਾਂ ਬਥੇਰਾ ਕਹਿੰਦਾ ਇਹਨੂੰ ਵੀ ਪੜ੍ਹ ਲਾ, ਪੜ੍ਹਦੀ ਨਹੀਂ ਕਰਾਂਗੀ ਮੈਂ। ਬਾਪੂ 2-4 ਸਾਲ ਦੀ ਗੱਲ ਹੈ, ਫਿਰ ਮੇਰਾ ਵਿਆਹ ਹੋ ਜਾਣਾ, ਮੈਨੂੰ ਕੀ ਲੋੜ ਹੈ? ਦੇਖੀ ਕਿੰਨਾ ਚਾਅ ਇਹਨੂੰ ਵਿਆਹ ਦਾ, ਪੁੱਤ ਵਿਆਹ ਵੀ ਤਾਂ ਹੀ ਹੋਊਗਾ ਜੇ ਵਧੀਆ ਪੜ੍ਹੀ ਲਿਖੀ ਹੋਊਗੀ। ਉਹ ਕੋਈ ਨਹੀਂ, ਵਿਆਹ ਲੱਗਲਾ ਐਂ ਦੇਖਦਾ ਵੀ ਕੁੜੀ ਨੂੰ ਸਾਰੇ ਕੰਮ ਆਉਂਦੇ ਆ ਕਿ ਨਹੀਂ, ਡਿਗਰੀਆਂ ਕੋਈ ਨਹੀਂ ਪੁੱਛਦਾ ਉੱਥੇ, ਦੇਖ ਲਓ। ਚੱਲ ਗੱਲਾਂ ਤਾਂ ਮਾਰ ਲੈ, ਇਹਨੂੰ ਕੁਛ ਖਵਾਇਆ ਪਿਆ ਕਿ ਨਹੀਂ ਖਵਾਇਆ? ਤੈਨੂੰ ਵੀ ਵਧੀਆ ਫੋਨ ਮਿਲੂਗਾ, ਹਲੇ ਵੀ ਸੋਚ ਲੈ, ਗ੍ਰੈਜੂਏਸ਼ਨ ਕਰ ਲੈ, ਇਸ ਤੋਂ ਵੀ ਵੱਡਾ ਫੋਨ ਮਿਲੂਗਾ ਤੈਨੂੰ। ਚਲੋ ਮਾਰੋ ਤੁਸੀਂ ਗੱਲਾਂ ਬਾਤਾਂ, ਤੇ ਮੈਂ ਜਰਾ ਉਧਰ ਰੈਸਟ ਕਰਦਾ ਜਰਾ। ਹਾਂਜੀ ਹਾਂਜੀ, ਫੋਨ ਤਾਂ ਹੈ ਨਾ ਤੇਰੇ ਕੋਲ, ਕਾਹਨੂੰ ਐਂ ਕਰਦੀ ਹੈ? ਕੁਛ ਮੇਰੇ ਡਾਕੂਮੈਂਟਸ ਹੈਵੀ ਹੁੰਦੇ ਨਾ, ਇਸ ਕਰਕੇ ਮੈਂ ਐਪਲ ਦਾ ਫੋਨ ਲਿਆ ਹੋਇਆ। ਬਾਪੂ ਨੇ ਤਾਂ ਉਹ ਵੀ ਮੈਨੂੰ ਹਰ ਗੱਲ 'ਤੇ ਟਾਲਣਾ ਹੀ ਹੁੰਦਾ, ਇਹਨੂੰ ਕੀ ਲੋੜ ਆ ਫੋਨ ਦੀ, ਇਹ ਤਾਂ ਘਰੀ ਰਹਿੰਦੀ ਹੈ ਅਤੇ ਕੰਮ ਕਹਿੰਦੀ ਤਾਂ ਪੜ੍ਹਦੀ ਨਹੀਂ ਹੈਗੀ, ਸਾਰਾ ਦਿਨ ਐਂ ਸੁਣਾਉਂਦੇ ਰਹਿੰਦੇ ਆ। ਤੇਰੀ ਫਿਕਰ ਕਰਦੇ ਆ ਤਾਂ ਹੀ ਸੁਣਾਉਂਦੇ ਆ, ਔਰ ਇਹ ਸੱਚੀ ਗੱਲ ਹੈ, ਗ੍ਰੈਜੂਏਸ਼ਨ ਕਰ ਲੈ, ਔਖੀ ਸੌਖੀ ਭਾਵੇਂ ਪ੍ਰਾਈਵੇਟ ਪੇਪਰ ਹੀ ਦੇ ਲੈ। ਓ ਮਾਤਾ ਜੀ, ਲੈਕਚਰ ਬੰਦ ਕਰੋ, ਤੁਹਾਡੀਆਂ ਕਿਤਾਬਾਂ, ਤੁਹਾਡੀਆਂ ਬੁੱਕਸ ਇੱਥੇ ਬੰਦ ਕਰ ਦਿਉ, ਮੈਂ ਐਂ ਕਹਿੰਦੀ ਹਾਂ, ਹੁਣ ਤੁਸੀਂ ਖਾਣਾ ਪੀਣਾ ਕੁਛ ਤਾਂ ਮੈਂ ਬਣਾ ਦਿੰਦੀ ਹਾਂ। ਸਤਿ ਸ਼੍ਰੀ ਅਕਾਲ ਫੁੱਫੜ ਜੀ, ਚਾਹ ਪੀ ਜਾ ਰਹੇ? ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਪ੍ਰੀਤ, ਹੋਰ ਪੁੱਤ ਉੱਠ ਗਈ? ਹਾਂਜੀ।
ਤੇ ਨੀਂਦ ਵਧੀਆ ਆ ਗਈ ਸੀਗੀ? ਬਹੁਤ ਸੋਹਣੀ ਨੀਂਦ ਆਈ ਹੈ। ਤੁਹਾਨੂੰ ਪਤਾ ਸਾਰੀ ਰਾਤ ਅਸੀਂ ਭੈਣਾਂ ਗੱਪਾਂ ਮਾਰਦੇ ਰਹੇ, ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰਦੇ ਰਹੇ, ਖੇਤ 'ਚ ਜਾ ਕੇ ਕਿੰਨਾ ਖੇਡਦੇ ਹੁੰਦੇ ਸੀ, ਅਮਰੂਦ ਦਾ ਬੂਟਾ ਹੁੰਦਾ ਸੀ, ਜਾਮਣਾ ਖਾਂਦੇ ਸੀ। ਪੁੱਤ ਉਦੋਂ ਹੁਣ ਵੱਡਤੇ ਸਿਉਂ ਖਲਾਗੀ ਸੀ ਉਹਨੂੰ। ਕਿਉਂ ਫੁੱਫੜ ਜੀ, ਤੁਸੀਂ ਫਿਰ ਨਵੇਂ ਉਗਾ ਲਓ। ਬਸ ਟਾਈਮ ਹੀ ਨਹੀਂ ਮਿਲਦਾ ਪੁੱਤ, ਕਰੀਏ ਕੀ। ਅਤੇ ਹੋਰ ਅਤੇ ਵਧੀਆ ਜੀ ਲਾ ਕੇ ਰਿਹਾ ਕਰੋ, ਤੁਸੀਂ ਹੁਣ ਛੁੱਟੀਆਂ ਮਨਾ ਰਹੇ ਹੋ ਜਿਹੜੀਆਂ, ਹੈ ਨਾ? ਹਾਂਜੀ ਹਾਂਜੀ, ਅਤੇ ਮੈਂ ਸੋਚਦੀ ਸੀ ਅਤੇ ਅਸੀਂ ਖੇਤਾਂ 'ਚ ਗੇੜਾ ਮਾਰ ਆਈਏ ਅੱਜ। ਅੱਛਾ ਅੱਜ ਹੋਰ ਚੱਲ, ਤੈਨੂੰ ਜਿਵੇਂ ਸਹੀ ਲੱਗਦਾ ਜਾਇਓ ਪੁੱਤ, ਕੋਈ ਗੱਲ ਨਹੀਂ, ਨਾਲ ਹੀ ਤਾਂ ਖੇਤ ਆਪਣੇ। ਪਰ ਬਾਪੂ ਨਾਲ ਕਿੱਥੇ ਆ, ਪਤਾ ਤੁਰ ਕੇ ਜਾਣਾ ਬੜਾ ਰਸਤਾ ਲੰਬਾ ਲੱਗਦਾ, ਸਕੂਟੀ ਲੈ ਜਾਈਏ। ਚੱਲ ਲੈ ਜਾਓ ਸਕੂਟਰੀ, ਗੱਲ ਸੁਣੋ ਨਾਲੇ, ਟਾਈਮ ਨਾਲ ਆ ਜਾਇਓ, ਨਹੀਂ ਮੈਂ ਇਕੱਲਾ ਉਰੇ ਘਰੇ ਬੈਠਾ ਰਹੂੰਗਾ, ਬੋਰ ਹੋਈ ਜਾਊਂਗਾ। ਕੋਈ ਨਹੀਂ ਬਾਪੂ, ਆ ਜਾਵਾਂਗੇ, 10 ਮਿੰਟ ਸਾਨੂੰ ਬਗ ਵੀ ਜਾਂਦੇ। ਅਗਰ ਤੂੰ ਬਾਪੂ ਜਦੋਂ ਜਾਣਾ ਹੁੰਦਾ, ਮੈਂ ਕਹਿੰਦੀ ਹੁੰਦੀ ਹਾਂ, ਮੈਂ ਘਰੇ ਪੁੱਤ ਮੈਂ ਤਾਂ ਖੇਤ ਕੰਮ ਕਰਨਾ ਹੁੰਦਾ, ਤੁਸੀਂ ਦੱਸ ਕੀ ਕਰੋਗੇ ਜਾ ਕੇ? ਲੈ ਦੱਸ ਬਾਪੂ, ਗੇੜਾ ਮਾਰ ਕੇ ਆ ਜਾਵਾਂਗੇ। ਚੱਲ ਜਾਇਓ ਜਾਇਓ, ਜਲਦੀ ਆ ਜਾਓ ਨਾਲੇ। ਬਾਪੂ ਅਸੀਂ ਕੁਛ ਖਾ ਕੇ ਵੀ ਆਵਾਂਗੇ, ਪੈਸੇ ਵੀ ਦੇ ਦਿੰਦੇ। ਉੱਥੋਂ ਅਲਮਾਰੀ 'ਚੋਂ ਕੱਢ ਲਾ, ਪਰਸ ਮੇਰਾ ਉੱਥੇ ਹੀ ਪਿਆ। ਚੰਗਾ ਬਾਪੂ। ਹਾਂ ਕਮਲ, ਕਿਵੇਂ ਬੈਠਾ ਰਹਿ, ਡੀਕ ਰਿਹਾ ਕਿਸੇ ਨੂੰ? ਹੋਰ ਕਿਵੇਂ ਬਾਈ? ਮੈਂ ਵਧੀਆ ਬਾਈ, ਤੂੰ ਦੱਸ। ਉਹ ਯਾਰ ਮੈਂ ਤਾਂ ਹੁਣ ਐਂ ਬੈਠਾ ਸੀਗਾ, ਆਪਣੀ ਕਣਕ ਵੜਤੀ, ਮੈਂ ਤੂੜੀ ਹੀ ਰਹਿੰਦੀ ਹੈਗੀ, ਉਹ ਮਸ਼ੀਨ ਵਾਲੇ ਨੂੰ ਕਰਿਆ ਹੋਇਆ ਫੋਨ, ਆਉਂਦਾ ਹੋਊਗਾ। ਚੱਲ ਕੋਈ ਨਹੀਂ, ਆ ਜਾਊਗਾ। ਯਾਰ ਤੁਹਾਡਾ ਵੀ ਕੀ ਹੈ, ਹਾਲੇ ਰਹਿੰਦੀ ਹੈ ਕੰਮ ਤੁਹਾਡਾ? ਅਸੀਂ ਤਾਂ ਸਾਰਾ ਨਿਬੇੜੀ ਬੈਠੇ ਹਾਂ। ਬਾਈ ਤੁਸੀਂ ਤਾਂ ਨਿਬੇੜਨੀ ਹੈ ਯਾਰ, ਤੇਰਾ ਬਾਪੂ ਵਧੀਆ ਚੱਲ ਤੇਰੇ ਨਾਲ ਕੰਮ ਕਰਾ ਦਿੰਦਾ, ਹੁਣ ਮੈਂ ਤਾਂ ਯਾਰ ਇਕੱਲਾ ਇੱਥੇ ਖਪੀ ਜਾਂਦਾ ਗਾ, ਥਾਂ ਹੋ ਜਾਣਾ ਐਵੇਂ। ਚੱਲ ਕੋਈ ਨਹੀਂ, ਜੇ ਲੋੜ ਆ ਮੈਂ ਕਰਾ ਦਿੰਦਾ ਕੰਮ। ਨਾ ਨਾ, ਕੰਮ ਤਾਂ ਕੋਈ ਨਹੀਂ, ਬਸ ਉਹਨਾਂ ਤੂੜੀ ਰਹਿ ਗਈ। ਉਹ ਵਿਹਲਾ ਤਾਂ ਹੈਗਾ ਯਾਰ, ਕਿੱਡੀ ਗੱਲ ਹੈ, ਕਰਾ ਦੂੰਗਾ ਕੋਈ ਨਹੀਂ। ਜੇ ਬਾਲੀ ਤੈਨੂੰ ਆਇਆ ਵੀ ਤੂੰ ਮੇਰੇ ਨਾਲ ਕਰਾ ਦਿਆ ਕਰੇ, ਕਿੱਡੀ ਗੱਲ ਹੈ। ਚਲੋ ਉਹ ਤਾਂ ਕੋਈ ਗੱਲ ਨਹੀਂ ਬਾਈ। ਕਮਲ ਫਿਰ ਆ ਜੱਸੀ ਨਹੀਂ? ਇਹ ਤਾਂ ਯਾਰ ਜੱਸੀ ਆ, ਪਰ ਨਾਲ ਆ ਕੁੜੀ ਕੌਣ? ਨਾਲ ਦਾ ਪਤਾ ਨਹੀਂ, ਮੈਨੂੰ ਲੱਗਦਾ ਕੋਈ ਦਿੱਕਤ ਆ ਯਾਰ। ਚੱਲ ਕੇ ਮੜਾ ਜਾ। ਨਾ ਨਾ, ਤੂੰ ਜਾਇਆ ਯਾਰ, ਮੈਂ ਕਦੇ ਗਿਆ ਨਹੀਂ ਘਰੇ, ਹੈ ਨਾ? ਤੂੰ ਜਾ। ਚੱਲ ਮੈਂ ਪੁੱਛ ਕੇ ਆਉਣਾ, ਕੀ ਤਾਂ ਆਉਣਾ ਜਾਣਾ ਹੈਗਾ। ਓਏ ਉੱਧਰ ਦੀ ਵਗ ਜਾ। ਉਹ ਕੋਈ ਨਹੀਂ ਕੋਈ ਨਹੀਂ। ਜੱਸੀ ਕੀ ਗੱਲ ਹੋਈ? ਪਤਾ ਨਹੀਂ ਸੰਜੇ, ਇਹਨੂੰ ਕੀ ਹੋਇਆ ਪਿਆ, ਚੱਲਦੀ ਨਹੀਂ ਹੈਗੀ, ਚੰਗੀ ਬੜੀ ਤਾਂ ਉੱਥੋਂ ਚੱਲ ਕੇ ਆਈ ਸੀ। ਚੱਲ ਮੈਂ ਦੇਖਦਾ ਇੱਧਰ, ਤੇਲ ਵੀ ਹੈਗਾ ਇਹ 'ਚ, ਪਤਾ ਨਹੀਂ ਕੀ ਹੋ ਗਿਆ। ਅੱਛਾ ਕੋਈ ਨਹੀਂ, ਮੈਂ ਦੇਖਦਾ ਇੱਧਰ। ਚੰਗੀ ਭਲੀ ਤਾਂ ਚੱਲੀ ਜਾਂਦੀ ਸੀ, ਸਾਰਾ ਰਸਤੇ ਆਏ ਹਾਂ ਅਸੀਂ। ਮੈਨੂੰ ਲੱਗਦਾ ਦੀ ਬੈਟਰੀ ਬੁਟਰੀ ਲੋ ਹੋ ਗਈ ਹੋਣੀ, ਕੋਈ ਨਹੀਂ ਮੈਂ ਕਿੱਕ ਮਾਰ ਕੇ ਦੇਖਦਾ। ਤੇ ਤੁਸੀਂ ਇੱਥੇ, ਤੂੰ ਇੱਧਰ ਕੀ ਕਰਦੀ ਫਿਰਦੀ ਐ? ਪਹਿਲਾਂ ਦੱਸ। ਆ ਮੇਰੀ ਭੈਣ ਆ ਸੱਚ, ਪ੍ਰੀਤ। ਅੱਛਾ, ਤੇ ਇਹ ਨਾ ਆਈ ਹੋਈ ਸੀ ਮੇਰੇ ਕੋਲੇ, ਇਹਦੀ ਜਿੱਦ ਸੀ, ਕਹਿੰਦੀ ਮੈਂ ਖੇਤ ਦੇਖ ਕੇ ਆਣਿਆ। ਮੈਂ ਕਿਹਾ ਚੱਲ ਚੱਲ ਵੜਦੇ ਆ, ਸਕੂਟੀ ਲੈ ਕੇ ਆਏ, ਰਾਹ 'ਚ ਸਕੂਟੀ ਬੰਦ ਹੋ ਗਈ, ਉੱਤੋਂ ਧੁੱਪ ਪੈਣੀ ਆ। ਕੋਈ ਨਹੀਂ, ਬਸ ਕਰ, ਇੰਨਾ ਕਾਹਤੋਂ ਬੋਲਦੀ ਹੁੰਦੀ ਆ ਤੂੰ? ਲੈ ਹੋ ਗਈ ਸਟਾਰਟ, ਲੈ ਜਾ ਹੁਣ। ਥੈਂਕ ਯੂ ਸੰਜੇ, ਠੀਕ ਹੈ। ਇਹਨੂੰ ਚਲਾ ਚਲੂ ਲਿਆ ਕਰੋ, ਖੜਾਈ ਰਹਿਣ ਤਾਂ ਬੰਦ ਹੋ ਜਾਂਦੀ ਹੈ। ਚੰਗਾ, ਤੇਰੇ ਤੋਂ ਐਡਵਾਈਸ ਮਿਲੀ। ਚੰਗਾ ਜੀ, ਆ ਜਾਓ ਦੀਦੀ, ਬਹਿ ਜਾਓ, ਟਾਈਮ ਨਾਲ ਵਗ ਜਾਈ ਘਰੇ ਨਾਲੇ। ਚੰਗਾ, ਕੀ ਹੋ ਗਿਆ ਸਕੂਟਰੀ ਨੂੰ? ਉਹ ਸਟਾਰਟ ਨਹੀਂ ਹੋ ਰਹੀ ਸੀ ਯਾਰ, ਕਚਰਾ ਕੁਚਰਾ ਫਸ ਗਿਆ ਹੋਣਾ, ਜਾਂ ਬੈਟਰੀ ਬੁਟਰੀ ਲੋ ਹੋ ਗਈ, ਉਹ ਮੈਂ ਕਿੱਕ ਮਾਰ ਕੇ ਸਟਾਰਟ ਕਰਤੀ। ਠੀਕ ਆ, ਚੱਲ ਵਧੀਆ ਯਾਰ। ਉਹ ਖਪੀ ਜਾਂਦੀਆਂ ਵਿਚਾਰੀਆਂ ਕੁੜੀਆਂ, ਸਟਾਰਟ ਨਹੀਂ ਹੋ ਰਹੀ ਸੀ ਉਹਨਾਂ ਤੋਂ।
ਹੁਣ ਤੇਰਾ ਵਧੀਆ ਯਾਰ ਰਹਿੰਦਾ ਪਰਿਵਾਰ ਨਾਲ ਹਨਾ, ਵਧੀਆ ਕੰਮ ਧੰਦਾ ਕਰਾਉਣਾ ਤੂੰ। ਉਹ ਹਾਂ ਯਾਰ, ਉਹ ਗਰਮੇਲ ਬੰਦਾ ਬਹੁਤ ਵਧੀਆ ਯਾਰ। ਹਾਂ ਆ ਮੇਰੇ ਉਤਲੇ 2 ਕਿੱਲੇ ਇਹਨਾਂ ਦੀ ਮੋਟਰ ਤੇ ਲਾਉਂਦੇ ਨੇ। ਠੀਕ ਆ ਠੀਕ ਆ। ਮੋਟਰ ਮੋਟਰ ਦੇਣ ਦਾ ਵਿਚਾਰਾ ਜਵਾਬ ਨਹੀਂ ਦਿੰਦਾ, ਪਾਣੀ ਪੂਣੀ ਛੱਡ ਲੈਂਦੇ ਹਨਾ, ਅਤੇ ਬਾਕੀ ਉਹ ਵੀ ਤਾਂ ਹੀ ਮੈਂ ਇਹਨਾਂ ਦਾ ਕੰਮ ਜਿਹਾ ਕਰਾ ਦਿੰਦਾ। ਅਤੇ ਉਹ ਨਾਲ ਕੁੜੀ ਕਿਹੜੀ ਸੀ, ਕੌਣ ਸੀ ਉਹ ਆਪਣਾ? ਉਹ ਰਿਸ਼ਤੇਦਾਰ ਦੀ ਵੀ ਕਹਿੰਦੀ। ਅੱਛਾ ਅੱਛਾ, ਠੀਕ ਆ ਠੀਕ ਆ। ਹੁਣੀ ਘਰੇ ਛੁੱਟੀਆਂ ਛੱਟੀਆਂ। ਠੀਕ ਆ ਠੀਕ ਆ, ਚੱਲ ਵਧੀਆ ਬਾਈ ਯਾਰ, ਐਂ ਚੱਲਦਾ ਹੁੰਦਾ ਰਲ ਮਿਲ ਕੇ ਕੰਮ। ਤੂੰ ਯਾਰ ਤਾਂ ਮੈਨੂੰ ਐਂ ਲੱਗੀ ਜਾਂਦਾ ਕੋਈ ਸੋਚ ਹੈ ਤੇਰੇ ਅੰਦਰ ਯਾਰ? ਉਹ ਯਾਰ ਸੋਚ ਤਾਂ ਹਾਂਜੀ ਐਵੇਂ ਯਾਰ, ਐਤਕੀ ਵਾਲੀ ਫਸਲ ਦਾ ਯਾਰ ਮਾੜੀ ਹੀ ਨਿਕਲੀ ਆ, ਮੇਰਾ ਠੇਕਾ ਹੀ ਪੂਰਾ ਹੋਊਗਾ ਯਾਰ। ਬਾਕੀ ਹੁਣ ਤੂੜੀ ਵਾਲੇ ਨੂੰ ਕਿਹਾ ਹੋਇਆ, ਉਹ ਨਹੀਂ ਆ ਰਿਹਾ ਹੈਗਾ ਅੰਦਰ, ਹਾਂਜੀ ਤਪਿਆ ਜਾ ਪਿਆ ਕੰਮ। ਕੋਈ ਨਹੀਂ, ਫਿਕਰ ਨਾ ਕਰਿਆ ਕਰ, ਤੁਹਾਨੂੰ ਵੀ ਗੱਲ ਤਾਂ ਹੈ ਯਾਰ, ਘੱਟ ਜ਼ਮੀਨ ਵਾਲਾ ਦਾ ਵੀ ਔਖਾ ਹੀ ਹੁੰਦਾ ਨਾ ਬਾਈ। ਇਹ ਤਾਂ ਹੈਗਾ ਬਾਈ, ਪਰ ਯਾਰ ਹੁਣ ਹੋਰ ਕੋਈ ਕੰਮ ਵੀ ਨਹੀਂ ਬਾਈ, ਕਰਨਾ ਤਾਂ ਪੈਣਾ ਹੀ ਇਹੀ ਟਾਈਮ ਪਾਸ ਜਿਹੜਾ ਹੁੰਦਾ ਹਨਾ। ਕੋਈ ਨਹੀਂ, ਚੱਲ ਟਾਈਮ ਪਾਸ ਤਾਂ ਸਭ ਦੀ ਹੋ ਜਾਂਦਾ ਕੰਮ ਦਾ। ਠੀਕ ਆ, ਆ ਜਾ ਚਾਹ ਚੂਹ ਪੀਂਦੇ ਪਾਉਣਾ। ਠੀਕ ਆ। ਕਿੰਨਾ ਟਾਈਮ ਹੋ ਗਿਆ, ਹਾਲੇ ਤੱਕ ਨਹੀਂ ਇਹ ਕੁੜੀਆਂ। ਆ ਜਾਓ ਆ ਜਾਓ, ਤੁਹਾਨੂੰ ਡਿੱਕੀ ਜਾਣਾ ਕਦੋਂ ਦਾ ਮੈਂ ਤੁਹਾਨੂੰ ਕਿਹਾ ਸੀ ਮੈਂ ਟਾਈਮ ਨਾਲ ਆ ਜਾਂਦੀ ਆ। ਕੀ ਦੱਸੀਏ ਫੁੱਫੜ ਜੀ, ਰਸਤੇ 'ਚ ਸਕੂਟੀ ਖਰਾਬ ਹੋ ਗਈ ਸੀ। ਅੱਛਾ, ਫਿਰ? ਫਿਰ ਕੀ, ਆਪਣੇ ਖੇਤ ਵਾਲੇ ਮੋੜ 'ਤੇ ਖਰਾਬ ਹੋ ਗਈ, ਉੱਥੇ ਰਾਹ 'ਚ ਰੁਕੇ ਸੀ। ਸਾਨੂੰ ਤਾਂ ਐਂ ਸੀ ਇੱਕ ਤਾਂ ਇੰਨੀ ਧੁੱਪ ਹੈ, ਪਤਾ ਨਹੀਂ ਉਹਨੂੰ ਚਲਾਵਾਂਗੇ ਕੀ, ਇੰਨੀ ਖਟਾਰਾ ਹੋਈ ਪਈ ਆ ਬਾਪੂ, ਇਹਨੂੰ ਠੀਕ ਕਰਵਾ ਲਓ ਨਾ। ਫਿਰ ਰੋੜ ਕੇ ਲਈ ਹੋ? ਰੋੜ ਕੇ ਕਿਉਂ ਲਿਆਏ ਆ, ਉਹ ਰਾਹ 'ਚ ਮੁੰਡਾ ਨਹੀਂ ਹੈਗਾ ਸੰਜੇ, ਉਹ ਮਿਲ ਗਿਆ ਸੀ, ਫਿਰ ਉਹਨੇ ਸਕੂਟੀ ਠੀਕ ਕਰਤੀ ਵਿਚਾਰੇ ਨੇ। ਦੇਖ ਲਾ ਪੁੱਤ ਕਿੰਨਾ ਚੰਗਾ ਮੁੰਡਾ ਹੈ ਨਾ, ਆਪਣੇ ਖੇਤੀ ਦੇ ਕੰਮ ਵੀ ਆਉਂਦਾ, ਘਰ ਦੇ ਕੰਮ ਵੀ ਆਉਂਦਾ ਰਹਿੰਦਾ ਆ। ਹਾਂ ਇਹ ਤਾਂ ਹੈ ਬਾਪੂ। ਚੱਲ ਤੁਸੀਂ ਥੱਕ ਗਈ ਹੋਣੀ ਆ, ਜਾ ਕੇ ਆਰਾਮ ਕਰੋ, ਮੈਂ ਥਾਈ ਦਰਵਾਜ਼ੇ ਜਾਇਆ ਜਰਾ। ਮੈਂ ਇਹ ਕਹਿੰਦੀ ਸੀ ਬਾਪੂ, ਮੈਂ ਨਾ ਤਾਈ ਕੇ ਘਰੇ ਜਾ ਕੇ ਆਉਣਾ ਸੀ, ਨਾਲੇ ਦੇਖ ਮੇਰਾ ਕਮੀਜ਼ ਦਿੱਤਾ ਹੋਇਆ ਸੀ, ਸਿਉਣਾ ਉਹ ਫੜ ਲਿਓ, ਇਹਨਾਂ ਲਈ ਡੋਲੂ ਸੀਗਾ ਉਹਨਾਂ ਦੇ ਘਰੇ, ਤੁਸੀਂ ਬੈਠੋ ਹੁਣ। ਚੱਲ ਜਾਇਓ, ਮੈਂ ਤਾਂ ਥਾਈ ਦਰਵਾਜ਼ੇ ਜਾ ਕੇ ਆਉਂਦਾ। ਹਾਂ ਠੀਕ ਹੈ, ਜਲਦੀ ਆ ਜੀ, ਮੇਰੀ ਗੱਲ ਸੁਣੋ, ਮੈਂ ਤਾਂ 5-10 ਮਿੰਟ 'ਚ ਹੀ ਆ ਜਾਂਦੀ ਹਾਂ, ਤੁਸੀਂ ਐਂ ਕਰੋ ਬੈਠੋ, ਜੇ ਕੋਈ ਆਇਆ ਘਰੇ ਤਾਂ ਦੇਖ ਲਿਓ, ਕਹਿ ਦਿਓ ਉਹ ਬਾਹਰ ਗਏ ਹੋਏ ਨੇ, 5 ਮਿੰਟ 'ਚ ਆਉਂਦੇ ਨੇ, ਚੰਗਾ? ਚਾਚਾ ਜੀ। ਹਾਂਜੀ, ਆ ਜਾਓ ਆ ਜਾਓ। ਉਹ ਨਹੀਂ ਨਹੀਂ ਜੀ, ਮੈਂ ਤਾਂ ਚਾਚੇ ਨੂੰ ਮਿਲਣ ਆਇਆ ਸੀ, ਕੰਮ ਸੀ ਕੋਈ। ਬਸ ਉਹ ਆਉਂਦੇ ਹੀ ਹੋਣੇ, ਬਾਹਰ ਗਏ ਸੀ, ਅੰਦਰ ਆ ਜਾਓ। ਚਲੋ ਮੈਂ ਫਿਰ ਮਿਲ ਲੂੰਗਾ ਉਹਨਾਂ ਨੂੰ, ਕੋਈ ਨਹੀਂ। ਨਹੀਂ ਨਹੀਂ, ਮੈਂ ਤੁਹਾਨੂੰ ਜਾਣਦੀ ਹਾਂ, ਤੁਸੀਂ ਉਹੀ ਹੋ ਨਾ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ ਸੀ। ਹਾਂਜੀ ਹਾਂਜੀ, ਆ ਜਾਓ ਅੰਦਰ ਬੈਠ ਜਾਓ। ਆ ਜਾਓ ਆ ਜਾਓ, ਬੈਠੋ। ਮੈਂ ਤਾਂ ਜੀ ਐਂ ਕਹਿੰਦਾ ਸੀ ਵੀ ਜੇ ਚਾਚਾ ਜੀ ਕਿਤੇ ਲਵੀ ਲੜੀ ਗਏ ਨੇ, ਫਿਰ ਤਾਂ ਮੈਂ ਰੋ ਜਾਣਾ, ਨਹੀਂ ਮੈਂ ਫਿਰ ਆ ਜਾਊਂਗਾ, ਕੋਈ ਗੱਲ ਨਹੀਂ। 5-10 ਮਿੰਟ 'ਚ ਆਉਂਦੇ ਹੀ ਹੋਣੇ। ਤੁਹਾਡੀ ਨੇਚਰ ਕਿੰਨੀ ਹੈਲਪਫੁਲ ਹੈ, ਥੈਂਕ ਯੂ, ਤੁਸੀਂ ਸਾਡੀ ਅੱਜ ਮਦਦ ਕੀਤੀ, ਨਹੀਂ ਤਾਂ ਸਾਡਾ ਤਾਂ ਧੁੱਪ 'ਚ ਬੁਰਾ ਹਾਲ ਹੋ ਜਾਣਾ ਸੀ। ਇਹ 'ਚ ਕਿੱਡੀ ਗੱਲ ਹੈ ਜੀ, ਦੇਖੋ ਜੇ ਕੋਈ ਮੁਸੀਬਤ 'ਚ ਹੋਵੇ ਤਾਂ ਉਹਦੀ ਮਦਦ ਕਰਨਾ ਬੰਦੇ ਦਾ ਫਰਜ਼ ਬਣਦਾ, ਇਹ 'ਚ ਕੋਈ ਵੱਡੀ ਗੱਲ ਨਹੀਂ। ਕਿੰਨੇ ਚੰਗੇ ਵਿਚਾਰ ਨੇ ਤੁਹਾਡੇ, ਕਾਸ਼ ਸਾਰੇ ਲੋਕ ਇੱਦਾਂ ਹੀ ਸੋਚਦੇ ਹੁੰਦੇ, ਸਾਰਿਆਂ ਦਾ ਤਾਂ ਪਤਾ ਨਹੀਂ, ਸਾਡੇ ਸ਼ਹਿਰ 'ਚ ਤਾਂ ਨਹੀਂ ਇਹ ਰਿਵਾਜ਼ ਚੱਲਦਾ। ਦੇਖੋ ਜੀ, ਸ਼ਹਿਰਾਂ ਦਾ ਤਾਂ ਮੈਨੂੰ ਪਤਾ ਨਹੀਂ, ਪਰ ਸਾਡੇ ਪਿੰਡਾਂ 'ਚ ਅੱਜ ਵੀ ਉਹੀ ਸੱਭਿਆਚਾਰ ਜਿਉਂਦਾ, ਸਾਰੇ ਇੱਕ ਦੂਜੇ ਦੀ ਮਦਦ ਕਰਦੇ ਹੀ ਨੇ। ਵੈਸੇ ਤੁਸੀਂ ਕਿੱਥੋਂ ਦੇ ਹੋ? ਮੈਂ ਪਟਿਆਲੇ ਸ਼ਹਿਰ 'ਚ ਹਾਂ, ਉੱਥੇ ਪੜ੍ਹਾਈ ਕਰ ਰਹੀ ਹਾਂ, ਇਹ ਮੇਰੇ ਫੁੱਫੜ ਜੀ ਨੇ, ਇਹਨਾਂ ਕੋਲ ਛੁੱਟੀਆਂ ਕੱਟਣ ਆਈ ਸੀ। ਚਲੋ ਵਧੀਆ ਗੱਲ ਹੈ ਜੀ, ਵੈਸੇ ਤੁਹਾਡਾ ਸਵਾਈ ਬਹੁਤ ਚੰਗਾ, ਵਧੀਆ ਲੱਗਿਆ ਤੁਹਾਨੂੰ ਮਿਲ ਕੇ। ਸੰਜੇ। ਹਾਂ ਜੀ ਅੱਛਾ ਜੀ, ਤੁਹਾਨੂੰ ਵੀ ਠੀਕ ਰਿਹਾ ਸੀ ਮੈਂ। ਕੀ ਹਾਲ ਆ ਸ਼ੇਰਾ? ਮੈਂ ਵਧੀਆ ਜੀ, ਹੋਰ ਠੀਕ ਠਾਕ, ਕਿਵੇਂ ਮਿਲਾਇਆ ਕਿਹੜਾ? ਚਾਚਾ ਮੈਂ ਤੁਹਾਡੇ ਨਾਲ ਹੀ ਗੱਲ ਕਰਨ ਆਇਆ ਸੀ। ਹਾਂ ਦੱਸ ਪੁੱਤ। ਮੈਂ ਤਾਂ ਐਂ ਸੋਚਦਾ ਸੀ ਤੁਸੀਂ ਵੀ ਔਖੇ ਹੁੰਦੇ ਹੋ, ਜਿਹੜੇ ਤੁਹਾਡੇ ਨਾਲ 4 ਕਿੱਲੇ ਆ ਨਾ, ਉਹਦਾ ਠੇਕਾ ਮੈਨੂੰ ਹੀ ਦੇ ਦਿਓ, ਮੈਂ ਆਪ ਹੀ ਖੇਤੀ ਕਰ ਲਿਆ ਕਰੂੰਗਾ, ਨਾਲੇ ਕਣਕ ਦੀ ਕੋਈ ਪਰਵਾਹ ਨਾ ਕਰੇ, ਮੈਂ ਆਪ ਹੀ ਕਰ ਜਾ ਕਰੂੰ ਸਾਰਾ ਕੁਛ। ਉਹ ਪੁੱਤ ਤੂੰ ਕਿਹੜਾ ਬਗਾਨਾ, ਇੱਥੋਂ ਕਿਤੇ ਮੈਂ ਦੂਰ ਹਾਂ ਕਿਤੇ, ਜਿਵੇਂ ਤੂੰ ਕਹਿੰਦਾ ਉਵੇਂ ਕਰ ਲਾਂਗਾ। ਨਾ ਆਈ ਹੈ ਫਿਰ, ਮੈਂ ਕਰਦਾ ਨੇੜੇ ਨੇ ਗੱਲ ਜਾ ਕੇ,
ਆਪਾਂ ਐਂ ਕਰ ਲਾਂਗੇ ਠੀਕ ਹੈ ਠੀਕ ਹੈ ਠੀਕ ਹੈ ਪੁੱਤ ਜਿਵੇਂ ਤੁਹਾਨੂੰ ਠੀਕ ਲੱਗਦਾ ਉਵੇਂ ਕਰ ਲਈ ਠੀਕ ਹੈ ਚਲੋ ਮੈਂ ਚੱਲਦਾ ਕੋਈ ਨਾ ਚਾਹ ਪਾਣੀ ਤਾਂ ਪੀ ਜਾਂਦਾ ਨਾ ਨਾ ਚਾਚਾ ਬਸ ਕਾਲੀ ਹੈ ਥੋੜ੍ਹੀ ਜਿਹੀ ਮੈਂ ਗੱਲ ਕਰਦਾ ਜਾ ਕੇ ਪੁੱਤ ਬਹੁਤ ਚੰਗਾ ਮੁੰਡਾ ਤੂੰ ਵਾਲਾ ਹੀ ਬੀਬਾ ਮੁੰਡਾ ਆ ਦੇਖ ਲਾ ਪੁੱਤ ਨਾਲ ਤਾਂ ਇਹ ਪੜ੍ਹਦਾ ਆ ਪੜ੍ਹਾਈ ਕਰਦਾ ਨਾਲ ਖੇਤੀਬਾੜੀ ਦੀ ਕਰਦਾ ਆ ਮਤਲਬ ਮਿਹਨਤੀ ਵੀ ਹੈ ਪਰ ਸਿਆਣਾ ਵੀ ਹੈ ਹਾਂ ਹਾਂ ਨਾਲੇ ਉਹ ਕਿੱਥੇ ਗਈ ਉਹ ਤਾਂ ਬਸ ਦੱਸਿਆ ਤੇ ਅਸੀਂ ਚਾਚੀ ਵੱਲ ਗਏ ਸੀ ਅੱਛਾ 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 ਹਲੇ ਤੱਕ ਆਈ ਨਹੀਂ ਹੈਗੀ ਨਹੀਂ ਆਈ ਚਲ ਆ ਜਾ ਫਿਰ ਕੁਛ ਖਾਣੇ ਪੀਣੇ ਆਪਾਂ ਕੀ ਕਰੀ ਜਾਂਦੇ ਹੋ ਬਾਪੂ ਕੁਛ ਨਹੀਂ ਪਤਾ ਤਾਂ ਖਬਰ ਜੀ ਦੇਖ ਰਿਹਾ ਸੀਗਾ ਤੂੰ ਇੰਨਾ ਟਾਈਮ ਲਾਈ ਚਾਚੀ ਕਿੰਨੀ ਤੁਹਾਨੂੰ ਪਤਾ ਹੈ ਚਾਚੀ ਦਾ ਜਦੋਂ ਗੱਲਾਂ ਲੱਗ ਜੇ ਕਿੱਥੇ ਕਿਸੇ ਨੂੰ ਉੱਠਣ ਦਿੰਦੀ ਆ ਉੱਥੋਂ ਚਾਹ ਬਣਾ ਲਈ ਫਿਰ ਮੈਂ ਚਾਹ ਪੀਣ ਲੱਗ ਗਈ ਓਏ ਪੁੱਤ ਉਹ ਪ੍ਰੀਤ ਦਾ ਵੀ ਖਿਆਲ ਰੱਖ ਵਿਚਾਰੀ ਉਹ ਆਈ ਹੋਈ ਆ ਕੱਲੀ ਬੋਰ ਹੋਈ ਜਾਂਦੀ ਆ ਉਹ ਅੱਛਾ ਅੱਛਾ ਉਹ ਮੇਰੇ ਤਾਂ ਦਿਮਾਗ 'ਚ ਨਿਕਲ ਗਿਆ ਮੈਂ ਤਾਂ ਹੀ ਵੈਸੇ ਚਾਚੀ ਨੂੰ ਕਹਿ ਕੇ ਆਈ ਹਾਂ ਮੈਂ ਕਿਹਾ ਮੈਂ ਜਾਣਾਗਾ ਤੁਹਾਨੂੰ ਪਤਾ ਫਿਰ ਚਾਚੀ ਦਾ ਚੱਲ ਜਾ ਅੰਦਰ ਉਧਰ ਗੱਲਾਂ ਤਾਂ ਮਾਰ ਲਾ ਤੇਰੀ ਸੋਚ ਖਾ ਲਈ ਮੈਂ ਖਾ ਲੂ ਬਾਅਦ 'ਚ ਖਾ ਲੂ ਪੁੱਤ ਕੋਈ ਨਾ ਚੱਲ ਠੀਕ ਹੈ ਮੈਂ ਉਹਦੇ ਕੋਲ ਬੈਠਨੀ ਹਾਂ ਫਿਰ ਠੀਕ ਆ ਕੀ ਕਰਦੇ ਹੋ ਪ੍ਰੀਤ ਦੀਦੀ ਫੋਨ 'ਚ ਲੱਗੀ ਹੋਈ ਸੀ ਇਹ ਛੱਡ ਤੂੰ ਇੰਨਾ ਟਾਈਮ ਕਿੱਥੇ ਲਾ ਆਈ ਤੁਹਾਨੂੰ ਪਤਾ ਤਾਂ ਹੈ ਚਾਚੀ ਦਾ ਇੰਨੀਆਂ ਗੱਲਾਂ ਮਾਰਦੀ ਹੈ ਪੁੱਛੋ ਨਾ ਮੈਨੂੰ ਤਾਂ ਐਂ ਲੱਗਦਾ ਚਾਚੀ ਘੱਟ ਤੂੰ ਜ਼ਿਆਦਾ ਬੋਲ ਕੇ ਆਈ ਹੋਣੀ ਉਹ ਨਹੀਂ ਦੀਦੀ ਇੱਕ ਤਾਂ ਮੈਂ ਡੋਲੂ ਫੜ ਕੇ ਲਿਆਉਣਾ ਸੀ ਉੱਤੋਂ ਮੇਰਾ ਕਮੀਜ਼ ਦਿੱਤਾ ਹੋਇਆ ਸੀ ਸਿਉਣ ਵਾਸਤੇ ਉਹ ਵੀ ਨਹੀਂ ਸਿਉਂਦਾ ਉੱਤੋਂ ਗੱਲੀ ਲਾ ਲਿਆ ਮੈਨੂੰ ਚੱਲ ਇਹ ਸਭ ਛੱਡ ਮੈਂ ਤੇਰੇ ਨਾਲ ਕੁਝ ਜ਼ਰੂਰੀ ਗੱਲ ਕਰਨੀ ਸੀ ਮੈਂ ਵੀ ਇਹੀ ਪੁੱਛਣਾ ਸੀ ਤੁਸੀਂ ਇਕੱਲੇ ਬੈਠੇ ਕੀ ਸੋਚੀ ਜਾਂਦੇ ਹੋ ਬਾਪੂ ਜੀ ਬਾਹਰ ਬੈਠੇ ਸੀ ਉਹਨਾਂ ਕੋਲ ਬਹਿ ਜਾਂਦੇ ਬਾਪੂ ਜੀ ਨੇ ਤਾਂ ਮੈਂ ਮਿਲ ਹੀ ਲਈ ਸੀ ਅੱਛਾ ਹਾਂ ਦੇਖ ਤੂੰ ਮੇਰੀ ਭੈਣ ਵੀ ਹੈ ਮੇਰੀ ਸਹੇਲੀਆਂ ਵਰਗੀ ਵੀ ਹੈ ਬਚਪਨ ਤੋਂ ਲੈ ਕੇ ਆਪਾਂ ਹੁਣ ਤੱਕ ਇਕੱਠੇ ਰਹੇ ਹਾਂ ਮੈਂ ਹਰ ਗੱਲ ਤੇਰੇ ਨਾਲ ਸ਼ੇਅਰ ਕੀਤੀ ਹੈ ਤਾਂ ਮੈਂ ਸੋਚਦੀ ਸੀ ਕਿ ਇਹ ਗੱਲ ਵੀ ਸਭ ਤੋਂ ਪਹਿਲਾਂ ਮੈਂ ਤੇਰੇ ਨਾਲ ਹੀ ਸ਼ੇਅਰ ਕਰਾਂ ਇਹ ਜੀ ਕਿਹੋ ਜੀ ਗੱਲ ਹੈ ਜਿਹੜੀ ਤੁਸੀਂ ਸਭ ਤੋਂ ਪਹਿਲਾਂ ਮੇਰੇ ਨਾਲ ਸ਼ੇਅਰ ਕਰਨੀ ਹੈ ਉਹ ਮੁੰਡਾ ਨਹੀਂ ਹੈ ਜਿਹਨੇ ਸਾਡੀ ਮਦਦ ਕੀਤੀ ਸੀ ਕੀ ਨਾਮ ਬੋਲ ਰਹੀ ਸੀ ਤੂੰ ਸੰਜੇ ਉਹ ਤੇਰੇ ਜਾਣ ਤੋਂ ਬਾਅਦ ਆਇਆ ਸੀ ਘਰੇ ਸੰਜੇ ਆਇਆ ਸੀ ਹਾਂ ਕੁਛ ਕਿਹਾ ਉਹਨੇ ਤੁਹਾਨੂੰ ਮੈਨੂੰ ਤਾਂ ਕੁਛ ਨਹੀਂ ਕਿਹਾ ਫੁੱਫੜ ਜੀ ਨੂੰ ਮਿਲਣ ਆਇਆ ਸੀ ਕੁਛ ਖੇਤਾਂ ਖੁੱਤਾਂ ਦੀ ਗੱਲ ਕਰ ਰਿਹਾ ਸੀ ਪਰ ਫੁੱਫੜ ਜੀ ਵੀ ਉਹਨਾਂ ਦੀ ਇੰਨੀ ਤਾਰੀਫ ਕਰ ਰਹੇ ਸੀ ਨਾ ਮੈਂ ਤੈਨੂੰ ਸੱਚ ਦੱਸਾਂ ਮੈਂ ਸ਼ਹਿਰ 'ਚ ਰਹਿੰਦੀ ਹਾਂ ਮੈਨੂੰ ਕਦੇ ਐਂ ਨਹੀਂ ਲੱਗਿਆ ਕਿ ਮੈਂ ਕਿਸੇ ਐਸੇ ਬੰਦੇ ਨਾਲ ਵਿਆਹ ਕਰਾਂ ਜਿਹਦੀ ਵੱਡੀਆਂ ਕੋਠੀਆਂ ਕਾਰਾਂ ਹੋਣ ਨਾ ਮੈਂ ਸ਼ੁਰੂ ਤੋਂ ਇਹ ਚਾਹੁੰਦੀ ਸੀ ਕਿ ਮੇਰਾ ਵਿਆਹ ਪਿੰਡ 'ਚ ਹੋਵੇ ਮੁੰਡਾ ਮਿਹਨਤੀ ਹੋਵੇ ਉਹ ਆਪਣੇ ਦਮ 'ਤੇ ਕੁਛ ਕਰਨਾ ਚਾਹੁੰਦਾ ਹੋਵੇ ਔਰ ਮੈਨੂੰ ਸਾਰੇ ਗੁਣ ਨਾ ਸੰਜੇ 'ਚ ਦਿਖ ਰਹੇ ਨੇ ਫੁੱਫੜ ਜੀ ਵੀ ਬਹੁਤ ਤਾਰੀਫ ਕਰਦੇ ਆ ਉਹਦੀ ਮੈਨੂੰ ਐਂ ਲੱਗਦਾ ਮੇਰੇ ਲਈ ਉਹ ਪਰਫੈਕਟ ਲਾਈਫ ਪਾਰਟਨਰ ਹੋਊਗਾ ਕੀ ਗੱਲਾਂ ਕਰੀ ਜਾਂਦੇ ਹੋ ਇੱਕ ਦਿਨ 'ਚ ਸਾਰੇ ਗੁਣ ਦੇਖ ਲਏ ਤੁਸੀਂ ਐ ਥੋੜ੍ਹੀ ਹੁੰਦਾ ਹੁੰਦਾ ਤੈਨੂੰ ਕੀ ਹੋ ਗਿਆ ਇੱਕਦਮ ਤੂੰ ਵੀ ਤਾਂ ਕੱਲ੍ਹ ਪਰਸੋਂ ਦੀ ਇੰਨੀ ਤਾਰੀਫ ਕਰ ਰਹੀ ਸੀ ਜਦੋਂ ਉਹਨੇ ਸਾਡੀ ਹੈਲਪ ਕੀਤੀ ਸੀ ਓਹੋ ਮੈਨੂੰ ਤਾਂ ਕੀ ਹੋਣਾ ਦੀਦੀ ਅਸਲ 'ਚ ਨਾ ਤੁਸੀਂ ਬਾਹਲੀ ਛੇਤੀ ਫੈਸਲਾ ਲੈ ਰਹੇ ਹੋ ਜੋ ਚੀਜ਼ ਜਿਵੇਂ ਦਿਖਦੀ ਆ ਨਾ ਉਵੇਂ ਹੁੰਦੀ ਨਹੀਂ ਹੈਗੀ ਮੈਂ ਤੁਹਾਨੂੰ ਤਾਂ ਕਹਿੰਦੀ ਹਾਂ ਇੰਨਾ ਨਾ ਸੋਚੋ ਉਹਦੇ ਬਾਰੇ ਨਾਲੇ ਵਿਆਹ ਕਰਾਉਣ ਦੇ ਲਾਇਕ ਸੰਜੇ ਮੈਨੂੰ ਤਾਂ ਨਹੀਂ ਲੱਗਦਾ ਓਹੋ ਮੈਂ ਕਿਹੜਾ ਅੱਜ ਹੀ ਵਿਆਹ ਕਰਨ ਲੱਗੀ ਹਾਂ ਮੈਂ ਤਾਂ ਇਹ ਸੋਚਦੀ ਹਾਂ ਇੱਕ ਵਾਰ ਫੁੱਫੜ ਜੀ ਅੱਗੇ ਆਪਣੀ ਗੱਲ ਰੱਖਾਂ ਅਗਰ ਫੁੱਫੜ ਜੀ ਨੂੰ ਠੀਕ ਲੱਗਿਆ ਤਾਂ ਮੈਨੂੰ ਵੀ ਕੋਈ ਪ੍ਰੋਬਲਮ ਨਹੀਂ ਹੈ ਮੱਤ ਮਾਰੇਗੀ ਤੁਹਾਡੀ ਫੁੱਫੜ ਜੀ ਮੁਹਰੇ ਮਤਲਬ ਬਾਪੂ ਜੀ ਮੁਹਰੇ ਤੁਸੀਂ ਇਹੋ ਜਿਹੇ ਗੱਲਾਂ ਕਰੋਗੇ ਸ਼ੋਭਾ ਦਿੰਦੀਆਂ ਨੇ ਕੁੜੀਆਂ ਨੂੰ ਇਹੋ ਜਿਹੇ ਗੱਲਾਂ ਆਪਦੇ ਵਿਆਹ ਦੀ ਗੱਲ ਆਪ ਹੀ ਜਾ ਕੇ ਕਰਨੀ ਕੀ ਗੱਲਾਂ ਕਰੀ ਜਾਂਦੇ ਹੋ ਤੁਸੀਂ ਮੈਨੂੰ ਦਿਮਾਗ ਖਰਾਬ ਹੋ ਗਿਆ ਲੱਗਦਾ ਮੈਨੂੰ ਸੱਚੀ ਕਿਤੇ ਤੇਰੀ ਸਮਝ ਨਹੀਂ ਆਉਂਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੂੰ ਵਿਆਹ 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 ਕਰੀ ਰੱਖਦੀ ਹੈ ਹੁਣ ਜੇ ਮੈਂ ਸੋਚ ਰਹੀ ਹਾਂ ਤੇ ਤੂੰ ਕਹਿੰਦੀ ਦੱਸ ਸ਼ੋਭਾ ਨਹੀਂ ਦਿੰਦੀ ਯੇ ਵੋ ਐਂਡ ਆਲ ਨਾਲੇ ਜ਼ਮਾਨਾ ਕਿੰਨਾ ਬਦਲ ਗਿਆ ਮੈਂ ਤਾਂ ਬਸ ਇੱਕ ਸੋਚ ਰੱਖ ਰਹੀ ਹਾਂ ਆਪਣੀ ਚਾਹੇ ਜ਼ਮਾਨਾ ਬਦਲ ਗਿਆ ਪਰ ਆਪਾਂ ਤਾਂ ਪਿੰਡ 'ਚ ਆ ਨਾ ਤੇ
ਪਿੰਡ ਦੀ ਸੋਚ ਤੇ ਪਿੰਡ ਦਾ ਜ਼ਮਾਨਾ ਕਦੇ ਨਹੀਂ ਬਦਲ ਸਕਦਾ। ਇਹ ਤਾਂ ਇੱਥੇ ਰਹੂਗਾ। ਨਾਲੇ ਤੁਸੀਂ ਆਪਦੇ ਮੂੰਹੋਂ ਇਹ ਗੱਲ ਕਰਦੇ ਨਹੀਂ ਚੰਗੇ ਲੱਗਦੇ, ਮੇਰੀ ਗੱਲ ਤਾਂ ਮੰਨੋ। ਨਾਲੇ ਸੰਜੇ, ਇੱਕ ਦਿਨ ਜੇ ਤੁਸੀਂ ਉਹਦੇ ਵਾਸਤੇ ਵਿਆਹ ਵਾਲੇ ਸੁਪਨੇ ਦੇਖ ਲਏ, ਐਂ ਥੋੜਾ ਹੁੰਦਾ। ਨਹੀਂ ਸੱਚੀ ਮੈਨੂੰ ਅੱਛਾ ਲੱਗਿਆ ਉਹ। ਅੱਛਾ ਲੱਗਣਾ ਤੇ ਸਾਰੀ ਜ਼ਿੰਦਗੀ ਬਿਤਾਉਣਾ ਬਹੁਤ ਵੱਡੀ ਗੱਲ ਹੁੰਦੀ ਹੈ। ਨਾਲੇ ਮੈਨੂੰ ਨਹੀਂ ਉਹ ਇੰਨਾ ਵਧੀਆ ਲੱਗਦਾ ਹੈਗਾ। ਤੁਸੀਂ ਕੀ ਇੱਕ ਸਕੂਟੀ ਕੀ ਠੀਕ ਕਰਤੀ, ਰੱਬ ਥੋੜੀ ਬਣ ਗਿਆ। ਇੰਨਾ ਚੰਗਾ ਹੈ ਨਹੀਂ ਜਿੰਨਾ ਤੁਸੀਂ ਚੰਗਾ ਬਣਾ ਰਹੇ ਹੋ। ਪਰ ਨਹੀਂ ਯਾਰ, ਮੈਂ ਵੀ ਦੁਨੀਆ ਦੇਖੀ ਹੈ। ਮੁੰਡੇ ਅੱਜ ਕੱਲ ਨਸ਼ੇ ਪੱਤੇ ਕਰਦੇ ਆ, ਕੰਮ ਚੋਰ ਨੇ। ਜਦ ਮੈਂ ਕਿਹਾ ਨਾ ਤੁਹਾਨੂੰ ਉਹ ਨਹੀਂ ਵਧੀਆ ਹੈਗਾ, ਐਵੇਂ ਤੁਸੀਂ ਹੋਰ ਗੱਲਾਂ ਲੈ ਕੇ ਬਹਿ ਗਏ। ਸੰਜੇ ਸੰਜੇ ਦੀ ਗੱਲ ਨਾ ਕਰਿਆ ਕਰੋ, ਨਾਲੇ ਬਾਪੂ ਜੀ ਕੋਲ ਤਾਂ ਭੁੱਲ ਕੇ ਵੀ ਨਾ ਇਹ ਗੱਲ ਕਰੀਓ, ਠੀਕ ਹੈ ਨਾ? ਬਸ ਇੱਥੇ ਗੱਲ ਖਤਮ। ਜੋ ਵੀ ਗੱਲ ਕਰਨੀ ਹੈ ਤੁਸੀਂ ਮੇਰੇ ਤੱਕ ਕਰੋਗੇ। ਨਾਲੇ ਜੋ ਵੀ ਗੱਲ ਹੋਈ ਤੁਹਾਡੇ 'ਚ, ਸਭ ਤੋਂ ਪਹਿਲਾਂ ਤੁਸੀਂ ਆ ਕੇ ਮੈਨੂੰ ਦੱਸਣੀ ਹੈ। ਚੰਗਾ ਮੇਰੀ ਮਾਂ, ਹਾਲੇ ਤੱਕ ਕੋਈ ਗੱਲ ਹੋਈ ਨਹੀਂ, ਹਾਲੇ ਤਾਂ ਮੈਂ ਜਸਟ ਸੋਚ ਹੀ ਰਹੀ ਹਾਂ ਔਰ ਤੂੰ ਇੰਨਾ ਰਿਐਕਟ ਕਰੀ ਜਾ ਰਹੀ ਹੈ। ਚੱਲ ਤੁਸੀਂ ਬੈਠੋ, ਮੈਂ ਆਈ ਚੰਗਾ 5 ਮਿੰਟ 'ਚ। ਨਾਲੇ ਫਾਲਤੂ ਨਾ ਸੋਚਿਓ ਕੁਛ ਵੀ, ਚੰਗਾ। ਦਿਮਾਗ ਖਰਾਬ ਹੋ ਗਿਆ ਇਹਦਾ, ਆਖੇ ਵਿਆਹ ਕਰਾਉਣਾ ਸੰਜੇ ਨਾਲ। ਇੱਕ ਦਿਨ 'ਚ ਇੰਨਾ ਕਿਹੜਾ ਪਿਆਰ ਹੋ ਗਿਆ ਇਹਨੂੰ ਜਨਮਾਂ ਵਾਲਾ, ਹੱਦ ਹੋਈ ਪਈ ਆ। ਤਾਂ ਸ਼ੁਕਰ ਹੈ ਨੇ ਮੈਨੂੰ ਦੱਸਤਾ, ਜੇ ਕਿਤੇ ਸੰਜੇ ਕੋਲ ਗੱਲ ਕਰ ਲੈਂਦੀ। ਨਾ, ਇਹ ਤਾਂ ਜੱਸੀ ਹੋਣ ਨਹੀਂ ਦਿੰਦੀ। ਮੈਂ ਬਚਪਨ ਤੋਂ ਉਹਨੂੰ ਪਿਆਰ ਕਰਦੀ ਹਾਂ ਅਤੇ ਮੈਂ ਉਹਦੇ ਪਿਆਰ ਲਈ ਤਰਸਦੀ ਹਾਂ, ਅਤੇ ਤੂੰ ਆਏਂਗੀ ਸਾਡੇ ਵਿੱਚ, ਭੈਣ ਹੋਏਗੀ ਆਪਦੀ ਥਾਂ 'ਤੇ। ਜੇ ਭੈਣ ਹੀ ਮੇਰੀ ਦੁਸ਼ਮਣ ਬਣੂਗੀ ਨਾ ਤਾਂ ਫਿਰ ਘੱਟ ਮੈਂ ਵੀ ਨਹੀਂ ਹੈਗੀ। ਆਖੇ ਵਿਆਹ ਕਰਾਉਣਾ, ਹੋਣ ਦਿੰਦੀ ਹਾਂ ਤੇਰਾ ਵਿਆਹ ਮੈਂ ਸੰਜੇ ਨਾਲ। ਉਸ ਤੋਂ ਪਹਿਲਾਂ ਮੈਂ ਖੜੀ ਹਾਂ ਵਿਚਾਲੇ, ਇੰਨੀ ਸੌਖਾ ਤੇਰਾ ਵਿਆਹ ਤਾਂ ਹੁੰਦਾ ਨਹੀਂ ਉਹਦੇ ਨਾਲ। ਸਾਰੀ ਰਸੋਈ 'ਚ ਖਲਾਰਾ ਪਾਇਆ ਪਿਆ ਸੀ। ਕੀ ਕਰ ਰਹੀ ਹੈ? ਲਿਆ ਮੈਂ ਤੇਰੀ ਹੈਲਪ ਕਰਦਾ। ਨਾ ਨਾ ਬਸ ਪ੍ਰੀਤ ਦੀਦੀ, ਹੋ ਗਿਆ ਕੰਮ ਜ਼ਿਆਦਾ। ਮੇਰੀ ਗੱਲ ਤਾਂ ਸੁਣ, ਮੈਂ ਕੱਲ੍ਹ ਤੇਰੀ ਵਾਲੀ ਗੱਲ ਨਾ ਸੋਚੀ ਹੈ ਕਿ ਵਾਕਈ ਮੈਨੂੰ ਉਸ ਮੁੰਡੇ ਨੂੰ ਨਾ ਥੋੜ੍ਹਾ ਹੋਰ ਜਾਣਨਾ ਚਾਹੀਦਾ, ਤਾਂ ਹੀ ਤਾਂ ਮੈਨੂੰ ਉਹਦੇ ਬਾਰੇ ਪਤਾ ਲੱਗੂਗਾ। ਹਾਂ, ਬਹੁਤ ਸਹੀ ਸੋਚਿਆ ਤੁਸੀਂ। ਮੈਂ ਤਾਂ ਆਪ ਤੁਹਾਨੂੰ ਇਹੀ ਕਹਿੰਦੀ ਹਾਂ, ਕੁਛ ਨਹੀਂ ਪਿਆ ਇਹੋ ਜਿਹੇ ਕੰਮਾਂ 'ਚ, ਪੜ੍ਹੋ ਲਿਖੋ ਆਪਦਾ ਕਾਹਨੂੰ। ਮੇਰੀ ਗੱਲ ਨਹੀਂ ਸਮਝੀ ਤੂੰ। ਮੈਂ ਸੋਚਦੀ ਹਾਂ ਮੈਂ ਇੱਕ ਵਾਰ ਸੰਜੇ ਨੂੰ ਮਿਲਾਂ, ਮੈਂ ਉਹਨੂੰ ਥੋੜ੍ਹਾ ਹੋਰ ਜਾਣਾਂ, ਉਹ ਕਿੱਦਾਂ ਦਾ ਹੈ, ਕਿ ਵਾਕਈ ਜੋ ਮੈਂ ਸੋਚ ਰਹੀ ਹਾਂ ਉਹ ਮੇਰੇ ਲਈ ਸਹੀ ਵੀ ਹੈ ਕਿ ਨਹੀਂ, ਤਾਂ ਹੀ ਤਾਂ ਮੈਂ ਫੁੱਫੜ ਜੀ ਨਾਲ ਗੱਲ ਕਰਨ ਜੋਗੀ ਹੋਊਂਗੀ। ਪਰ ਮੈਨੂੰ ਤਾਂ ਇਹ ਸਭ ਕੁਛ ਸਹੀ ਲੱਗਦਾ ਨਹੀਂ। ਜੇ ਤੁਸੀਂ ਇੰਨੀ ਜ਼ਿੱਦ ਕਰ ਹੀ ਰਹੇ ਹੋ ਤਾਂ ਤੁਹਾਡੀ ਮਰਜ਼ੀ। ਵੈਸੇ ਮਿਲੂਗਾ ਕਿੱਥੇ ਮੈਨੂੰ? ਮਿਲਣਾ ਕਿੱਥੇ ਆਉਣੇ, ਉਹਦੇ ਕੋਲ ਕਿਹੜਾ ਕਿੱਲੇ ਕੁੱਲੇ ਨੇ, ਇੱਥੇ ਆਪਣੇ ਪਿੱਛੇ ਬਾੜੇ 'ਚ ਹੀ ਹੋਣਾ ਗਾ, ਤੁਸੀਂ ਉੱਥੇ ਜਾ ਕੇ ਮਿਲ ਲਓ ਉਹਨੂੰ। ਚੱਲ ਕੋਈ ਨਹੀਂ, ਮੈਂ ਮਿਲਦੀ ਹਾਂ, ਗੱਲ ਕਰਕੇ ਦੇਖਦੀ ਹਾਂ। ਪਰ ਜੋ ਵੀ ਗੱਲ ਹੋਈ ਨਾ ਤੁਹਾਡੇ 'ਚ, ਆ ਕੇ ਮੈਨੂੰ ਜ਼ਰੂਰ ਦੱਸਿਓ, ਮੈਨੂੰ ਬਹੁਤ ਫਿਕਰ ਰਹਿੰਦੀ ਹੈ ਤੁਹਾਡੀ। ਤੂੰ ਟੈਨਸ਼ਨ ਕਿਉਂ ਲੈਂਦੀ ਹੈ, ਹੁਣ ਤੱਕ ਵੀ ਤਾਂ ਸਾਰੀ ਗੱਲ ਤੇਰੇ ਨਾਲ ਹੀ ਕੀਤੀ ਹੈ ਨਾ, ਇਹ ਵੀ ਗੱਲ ਤੇਰੇ ਨਾਲ ਹੀ ਆ ਕੇ ਕਰੂੰਗੀ। ਨਹੀਂ ਨਹੀਂ, ਇਹ ਤਾਂ ਮੈਨੂੰ ਪਤਾ। ਠੀਕ ਹੈ, ਚੱਲ ਮੈਂ ਜਾ ਕੇ ਆਉਂਦੀ ਹਾਂ। ਹਾਂ ਕੋਈ ਨਹੀਂ, ਜਾਇਓ। ਸੰਜੇ ਨੂੰ ਮਿਲਣ ਜਾਣਾ, ਮਿਲਾਉਂਦੀ ਹਾਂ ਸੰਜੇ ਨਾਲ। ਕੋਈ ਨਹੀਂ, ਮਿਲੋ ਜਿੰਨਾ ਮਿਲਣਾ, ਪਰ ਯਾਦ ਰੱਖਿਓ ਇਹ ਤੁਹਾਡੀ ਮੁਲਾਕਾਤ ਨਾ ਆਖਰੀ ਮੁਲਾਕਾਤ ਹੋਊਗੀ। ਮੇਰਾ ਫੋਨ ਕਿੱਥੇ ਆ? ਹੈਲੋ ਬਾਪੂ ਜੀ, ਕਿੱਥੇ ਹੋ ਤੁਸੀਂ? ਛੇਤੀ ਘਰੇ ਆਓ, ਬਹੁਤ ਵੱਡੀ ਗੱਲ ਹੋ ਗਈ। ਆਹ ਆਪਣੀ ਪ੍ਰੀਤ ਦੀਦੀ ਨਹੀਂ ਹੈਗੀ, ਆਹ ਸੰਜੇ ਨੂੰ ਮਿਲਣ ਗਈ ਹੈ। ਮੂੰਹ ਕਾਲਾ ਕਰਵਾਈ ਜਾਂਦੀ ਹੈ, ਜੇ ਕਿਸੇ ਨੇ ਪਿੰਡ 'ਚ ਉਹਨਾਂ ਨੂੰ ਦੇਖ ਲਿਆ ਨਾ ਆਪਾਂ ਤਾਂ ਕਿਤੇ ਮੂੰਹ ਦਿਖਾਉਣ ਜੋਗਰੇ ਨਹੀਂ ਰਹਿਣੇ। ਮੈਂ ਬਹੁਤ ਸਮਝਾਇਆ ਸੀ ਬਾਪੂ ਜੀ ਉਹਨੂੰ, ਮੇਰੀ ਕਿੱਥੇ ਸੁਣਦੀ ਆ, ਮੈਨੂੰ ਕਹਿੰਦੀ ਤੂੰ ਤਾਂ ਛੋਟੀ ਹੈ। ਹੋਰ
ਹਾਂ ਹੁਣ ਵੀ ਮਿਲਣ ਗਈ ਹੈ। ਮੈਨੂੰ ਲੱਗਦਾ ਸ਼ਾਇਦ ਆਪਣੇ ਪਿਛਲੇ ਬਾੜੇ 'ਚ ਹੋਣਗੇ। ਬਾਪੂ ਜੀ ਤੁਸੀਂ ਜ਼ਰੂਰ ਜਾ ਕੇ ਦੇਖੋ। ਹਾਂ ਹਾਂ ਬਾਪੂ ਜੀ ਜਾਓ ਜਾਓ। ਠੀਕ ਹੈ ਬਾਪੂ ਜੀ, ਠੀਕ ਹੈ ਠੀਕ ਹੈ ਠੀਕ ਹੈ ਬਾਪੂ ਜੀ, ਦੇਖਦੀ ਹਾਂ ਤੇਰੀ ਮੁਲਾਕਾਤ। ਸੰਜੇ ਹਾਂਜੀ, ਤੁਸੀਂ ਇੱਥੇ? ਬਸ ਮੈਂ ਤਾਂ ਖੇਤਾਂ 'ਚ ਸੈਰ ਕਰਨ ਆਈ ਸੀ, ਸੋਚਿਆ ਤੁਹਾਨੂੰ ਮਿਲ ਜਾ। ਅੱਛਾ ਅੱਛਾ, ਆ ਜਾਓ ਬੈਠੋ। ਨਹੀਂ ਨਹੀਂ ਕੋਈ ਨਹੀਂ ਜੀ, ਬੈਠ ਜਾਓ। ਇਹ ਸਾਰੀਆਂ ਮੱਝਾਂ ਤੁਹਾਡੀਆਂ ਨੇ? ਹਾਂਜੀ ਹਾਂ, ਆਪਣੀ ਨੇ ਸਾਰੀਆਂ ਮੱਝਾਂ। ਜੇ ਇੱਧਰ ਤੁਸੀਂ ਗੱਲਾਂ ਨਾ ਕਰੋ, ਸਿੱਧੀ ਗੱਲ 'ਤੇ ਆਓ ਤੁਸੀਂ। ਨਹੀਂ ਨਹੀਂ, ਮੈਂ ਬਸ ਇਹ ਪੁੱਛਣਾ ਚਾਹੁੰਦੀ ਸੀ ਤੁਸੀਂ ਕੀ ਕਰਦੇ ਰਹਿੰਦੇ ਹੋ ਸਾਰਾ ਦਿਨ, ਬਸ ਤੁਹਾਡਾ ਡੇਲੀ ਰੂਟੀਨ ਕੀ ਹੈ? ਫਿਰ ਉਹੀ ਗੱਲਾਂ ਮੈਂ ਤੁਹਾਨੂੰ ਕਹਿ ਰਿਹਾ, ਜੋ ਵੀ ਗੱਲ ਹੈ ਸਿੱਧੀ ਕਹੋ ਨਾ। ਵੈਸੇ ਮੈਂ ਕੱਲ੍ਹ ਦੇਖਿਆ ਤੁਹਾਨੂੰ, ਤੁਸੀਂ ਬੜਾ ਗੌਰ ਨਾਲ ਦੇਖ ਰਹੇ ਸੀ ਮੇਰੇ ਵੱਲ। ਅਗਰ ਮੈਂ ਗੌਰ ਨਾਲ ਦੇਖ ਰਹੀ ਸੀ, ਤੁਸੀਂ ਵੀ ਤਾਂ ਦੇਖ ਹੀ ਰਹੇ ਸੀ, ਤਾਂ ਹੀ ਤਾਂ ਤੁਹਾਨੂੰ ਪਤਾ ਲੱਗਿਆ। ਨਹੀਂ, ਅੱਜ ਮੈਨੂੰ ਤੁਸੀਂ ਬਹੁਤ ਚੰਗੇ ਲੱਗੇ। ਇਹੀ ਗੱਲ ਮੈਂ ਕਰਨਾ ਚਾਹੁੰਦੀ ਹਾਂ, ਮੈਨੂੰ ਵੀ ਤੁਸੀਂ ਅਲੱਗ ਲੱਗੇ, ਅਤੇ ਮੈਂ ਸੋਚ ਰਹੀ ਹਾਂ ਕਿ ਅਗਰ ਮੈਂ ਤੁਹਾਨੂੰ ਇਹ ਕਹਾਂ ਕਿ ਮੈਂ ਤੁਹਾਨੂੰ ਪਸੰਦ ਕਰਦੀ ਹਾਂ, ਔਰ ਅਗਰ ਮੈਂ ਫੁੱਫੜ ਜੀ ਨਾਲ ਤੁਹਾਡੇ ਬਾਰੇ ਗੱਲ ਕਰਾਂ ਕਿ ਕੁਛ ਬਣ ਸਕਦਾ ਹੈ? ਪਸੰਦ ਤਾਂ ਦੇਖੋ ਮੈਂ ਵੀ ਤੁਹਾਨੂੰ ਕਰਦੀ ਹਾਂ, ਪਰ ਮੈਂ ਨਾ ਉਹ ਮੁੰਡੇ ਵਰਗਾ ਨਹੀਂ ਹੈਗਾ ਜਿਹੜੇ ਵੀ ਗੱਲਬਾਤ ਕਰਕੇ ਬਸ ਵੀ ਬਚ ਛੱਡ ਦੇਣ। ਮੈਂ ਤਾਂ ਸਿੱਧਾ ਵਿਆਹ ਹੀ ਕਰਵਾਊਂਗਾ। ਕੋਈ ਨਹੀਂ, ਮੈਂ ਫੁੱਫੜ ਜੀ ਨਾਲ ਕਰਦੀ ਹਾਂ ਇਸ ਬਾਰੇ ਗੱਲ। ਮੈਂ ਬਸ ਤੁਹਾਡੀ ਰਾਹ ਦੇਖਣਾ ਚਾਹੁੰਦੀ ਸੀ ਕਿ ਤੁਹਾਡੇ ਦਿਲ 'ਚ ਕੀ ਹੈ। ਪਤਾ ਨਹੀਂ ਬਾਪੂ ਕਿੱਥੇ ਕੀ ਹੋਣੀ ਹੈ ਪ੍ਰੀਤ ਦੀਦੀ। ਬਾਪੂ ਉਹ ਆਉਂਦੀ। ਪ੍ਰੀਤਾ? ਹਾਂਜੀ ਫੁੱਫੜ ਜੀ, ਕੀ ਗੱਲ ਹੋ ਗਈ? ਤੂੰ ਕਿੱਥੇ ਗਈ ਸੀ ਤੂੰ? ਮੈਂ ਤਾਂ ਬਸ ਉੱਦਾਂ ਹੀ ਮਾੜੀ ਜਿਹੀ ਸੈਰ ਕਰਨ ਗਈ ਸੀ। ਪਤਾ ਸੈਰ ਸੁਣਨਾ, ਤੁਹਾਡੇ ਸ਼ਹਿਰ ਸੋਹਣੀ ਲੱਗਦੀ ਹੋਊਗੀ, ਇਹ ਪਿੰਡਾ ਪਤਾ, ਔਰ ਮੇਰੀ ਇੱਜ਼ਤ ਬਹੁਤ ਬਣੀ ਹੋਈ ਹੈ ਪਤਾ, ਕੋਈ ਖੇਡ ਨਾ ਕਰਾ ਦੀ ਮੇਰੀ ਇੱਜ਼ਤ ਦੀ। ਨਹੀਂ ਨਹੀਂ ਫੁੱਫੜ ਜੀ, ਇਹੋ ਜੀ ਕੋਈ ਗੱਲ ਨਹੀਂ ਹੈ। ਸੰਜੇ ਲਈ ਕੀ ਗੱਲ ਕਰਨੀ ਸੀ ਤੂੰ ਮੇਰੀ? ਉਹ ਤਾਂ ਮੈਨੂੰ ਉਹੀ ਰਸਤੇ 'ਚ ਮਿਲ ਗਿਆ, ਮੈਂ ਉਹਨੂੰ ਥੋੜ੍ਹੀ ਨਾ ਮਿਲਣ ਗਈ ਹੋਈ ਸੀ। ਪ੍ਰੀਤ ਪਤਾ ਤੂੰ ਸਿਆਣੀ ਹੈ, ਸਮਝਦਾਰ, ਮੇਰੀ ਗੱਲ ਸਮਝੇਗੀ। ਤੂੰ 4 ਦਿਨ ਰਹਿਣਾ ਹੀ ਹੈ, ਉਹਦੇ ਆਪਣਾ 4 ਦਿਨ ਰਹਿ ਅਤੇ ਆਪਣੀ ਇੱਜ਼ਤ ਨਾਲ ਜਾ। ਹਾਂਜੀ ਫੁੱਫੜ ਜੀ, ਠੀਕ ਹੈ ਨਾ? ਹਾਂਜੀ, ਦੁਬਾਰਾ ਮੈਨੂੰ ਕਹਿੰਦਾ ਮੌਕਾ ਨਾ ਦੇ ਪਤਾ। ਨਹੀਂ ਨਹੀਂ ਬਿਲਕੁਲ। ਫੁੱਫੜ ਜੀ ਨੂੰ ਕਿੱਥੋਂ ਪਤਾ ਲੱਗ ਗਿਆ? ਦੇਖ ਤਾਂ ਨਹੀਂ ਲਿਆ ਉਹਨਾਂ ਨੇ, ਤੂੰ ਤਾਂ ਨਹੀਂ ਦੱਸਿਆ ਫੁੱਫੜ ਜੀ ਨੂੰ? ਨਾ ਦੀਦੀ, ਮੈਂ ਕਿਉਂ ਦੱਸਣਾ, ਭਲਾ ਮੈਨੂੰ ਕੀ ਮਿਲ ਜੂ ਦੱਸ ਕੇ। ਮੈਨੂੰ ਤਾਂ ਲੱਗਦਾ ਬਾਪੂ ਜੀ ਨੇ ਨਾ ਤੁਹਾਨੂੰ ਦੇਖ ਲਿਆ, ਤਾਂ ਹੀ ਤਾਂ ਐਵੇਂ ਆ ਕੇ ਪੁੱਛਿਆ, ਨਹੀਂ ਬਾਪੂ ਨੂੰ ਕੀ ਲੋੜ ਸੀ ਐਂ ਗੱਲ ਕਰਨ ਦੀ। ਪਰ ਮੈਨੂੰ ਪਤਾ ਹੈ ਇੱਦਾਂ ਫੁੱਫੜ ਜੀ ਇੱਕਦਮ ਰਿਐਕਟ ਨਹੀਂ ਕਰ ਸਕਦੇ। ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਕਿਉਂ ਸੰਜੇ ਦੇ ਚੱਕਰਾਂ 'ਚ ਪਈ ਜਾਂਦੇ ਹੋ। ਪਰ ਨਹੀਂ ਜੱਸੀ, ਉਹ ਸੱਚੀ ਬਹੁਤ ਅੱਛਾ ਇਨਸਾਨ ਹੈ, ਉਹ ਕੋਈ ਅੱਛਾ ਉੱਛਾ ਨਹੀਂ ਹੁੰਦਾ, ਇੱਕ ਦੋ ਵਾਰੀ ਮਿਲਣ ਨਾਲ ਐਵੇਂ ਰੱਬ ਬਣਾ ਤਾ ਉਹਨੂੰ। ਨਹੀਂ ਨਹੀਂ ਇਹੋ ਜਿਹੀ ਗੱਲ ਨਹੀਂ ਹੈ। ਪਰ ਹੁਣ ਮੇਰੀ ਗੱਲ ਸੁਣੋ, ਬਾਪੂ ਜੀ ਤੁਹਾਨੂੰ ਇੰਨਾ ਸਮਝਾ ਕੇ ਗਏ ਆ, ਅਸਲ 'ਚ ਨਾ ਤੁਸੀਂ ਸਾਡੀ ਜ਼ਿੰਮੇਵਾਰੀ ਹੋ, ਹੈ ਨਾ? ਜੇ ਤੁਸੀਂ ਹੁਣ ਐਵੇਂ ਕੁਛ ਕਰੋਗੇ ਤਾਂ ਸਾਨੂੰ ਪਿੰਡ ਵਾਲੇ ਕੀ ਕਹਿਣਗੇ, ਅਸੀਂ ਬਾਪੂ ਜੀ ਕੀ ਮੂੰਹ ਦਿਖਾਉਣਗੇ? ਅੱਜ ਤੱਕ ਮੈਂ ਨਹੀਂ ਘਰੋਂ ਬਾਹਰ ਨਿਕਲੀ ਅਤੇ ਤੁਸੀਂ ਸੰਜੇ ਨੂੰ ਮਿਲਣ ਵਗ ਗਏ, ਚੰਗੀਆਂ ਗੱਲਾਂ ਨੇ ਭਲਾ? ਪਰ ਮੈਂ ਕਿਹੜਾ ਕੁਛ ਗਲਤ ਕਰਨ ਗਈ ਸੀ, ਮੈਂ ਜਸਟ ਉਹਨੂੰ ਜਾਣਨਾ ਚਾਹੁੰਦੀ ਸੀ। ਪਰ ਭੈਣੇ ਇੱਥੇ ਇੰਨਾ ਜਾਣਨ ਦਾ ਮੌਕਾ ਕਿਸੇ ਨੂੰ ਮਿਲਦਾ ਨਹੀਂ ਹੈਗਾ, ਪਿੰਡ ਇਹ। ਚੱਲ ਛੱਡ, ਮੈਂ ਵੀ ਕੀ ਗੱਲਾਂ ਕਰਦੀ, ਚੱਲ ਤੂੰ ਬੈਠ, ਮੈਂ ਚਾਹ ਬਣਾਉਂਦੀ ਹਾਂ। ਇੱਕ ਤਾਂ ਪਤਾ ਨਹੀਂ ਇਹ ਸੰਜੇ ਦੇ ਨਾਮ 'ਤੇ ਕਿਉਂ ਇੱਦਾਂ ਕਰਨ ਲੱਗ ਜਾਂਦੀ ਹੈ। ਕੀ ਦੇਖਦੀ ਰਹਿੰਦੀ ਹੈ ਫੋਨ 'ਚ? ਹਾਂ
ਜੱਸੀ ਦੇ ਫੋਨ 'ਚ ਸੰਜੇ ਦੀ ਫੋਟੋਆਂ, ਇਹਨਾਂ ਦਾ ਚੱਲ ਕੀ ਰਿਹਾ? ਮੈਂ ਵੀ ਕੁਛ ਸਮਝਣ 'ਚ ਗਲਤੀ ਕੀਤੀ ਹੈ, ਸੰਜੇ ਨਾਲ ਹੀ ਗੱਲ ਕਰਦੀ ਹਾਂ ਜਾ ਕੇ। ਸੰਜੇ, ਮੈਂ ਤੁਹਾਡੇ ਨਾਲ ਕੁਛ ਜ਼ਰੂਰੀ ਗੱਲ ਕਰਨੀ ਹੈ। ਹਾਂ ਬੋਲੋ। ਜਦ ਮੈਂ ਤੁਹਾਡੇ ਨਾਲ ਸਾਰੀ ਗੱਲ ਕਲੀਅਰ ਕੀਤੀ ਸੀ, ਤੁਸੀਂ ਮੈਨੂੰ ਉਦੋਂ ਕਿਉਂ ਨਹੀਂ ਦੱਸਿਆ ਕਿ ਤੁਸੀਂ ਜੱਸੀ ਨੂੰ ਪਿਆਰ ਕਰਦੇ ਹੋ? ਜੱਸੀ ਵੀ ਨਾ ਹਟਦੀ ਨਹੀਂ, ਤੁਹਾਨੂੰ ਸਾਰੀ ਗੱਲ ਦੱਸਦਾ ਮੈਂ। ਯਾਰ ਮੈਂ ਤੁਹਾਨੂੰ ਭੈਣਾਂ ਵਾਂਗੂ ਸਮਝਦਾ। ਫਿਰ ਉਹਦੇ ਫੋਨ 'ਚ ਤੁਹਾਡੀਆਂ ਫੋਟੋਆਂ ਕੀ ਕਰ ਰਹੀਆਂ? ਉਹ ਪਸੰਦ ਕਰਦੀ ਹੈ ਮੈਨੂੰ, ਮੈਨੂੰ ਕਹਿੰਦੀ ਮੈਂ ਤੈਨੂੰ ਪਿਆਰ ਕਰਦੀ ਹਾਂ। ਪਰ ਇਹ ਹੋ ਸਕਦਾ ਕਿਤੇ? ਯਾਰ ਮੇਰਾ ਉਹਨਾਂ ਦੇ ਘਰ ਆਉਣਾ ਜਾਣਾ, ਉਹਦੇ ਡੈਡੀ ਨੂੰ ਮੈਂ ਚਾਚਾ ਜੀ ਕਹਿੰਦਾ, ਮੈਂ ਤੈਨੂੰ ਭੈਣ ਮੰਨਦਾ ਆਪਦੀ। ਉਹ ਪਤਾ ਨਹੀਂ ਜਵਾਕਾਂ ਵਰਗਾ ਦਿਮਾਗ ਉਹਦਾ, ਉਹਨੇ ਕੁਛ ਨਾ ਕੁਛ ਕੇ ਕਰਿਆ ਹੋਣਾ ਘਰੇ। ਉਹਦੀ ਇਹੀ ਨਿਆਣਮਤ ਨੇ ਨਾ ਮੈਨੂੰ ਵੀ ਫਸਾ ਤਾ। ਉਹਨੇ ਤੁਹਾਡੇ ਮੇਰੇ ਬਾਰੇ, ਮੈਂ ਤੁਹਾਨੂੰ ਮਿਲ ਕੇ ਗਈ ਸੀ ਨਾ, ਫੁੱਫੜ ਜੀ ਨੂੰ ਦੱਸਤਾ, ਔਰ ਫੁੱਫੜ ਜੀ ਨੇ ਮੈਨੂੰ ਡਾਂਟਿਆ ਅਲੱਗ। ਉਹ ਮੈਨੂੰ ਗਲਤ ਸਮਝ ਰਿਹਾ। ਕੋਈ ਗੱਲ ਨਹੀਂ, ਤੁਸੀਂ ਫਿਕਰ ਨਾ ਕਰੋ, ਮੈਂ ਚੱਲਦਾ ਨਾਲ ਤੁਹਾਡੇ। ਹੁਣ ਤਾਂ ਚੰਗੀ ਤਰ੍ਹਾਂ ਕੱਲ੍ਹ ਦੇਖ ਹੀ ਆਊਂਗਾ ਮੈਂ। ਆਜੋ ਚਾਚਾ ਜੀ। ਚਾਚਾ ਪ੍ਰੀਤਾ। ਸੰਜੇ ਤੈਨੂੰ ਸ਼ਰਮ ਨਹੀਂ ਆਉਂਦੀ ਪੁੱਤਾਂ? ਤੈਨੂੰ ਪੁੱਤਾਂ ਵਾਂਗ ਸਮਝਦਾ ਮੈਂ ਆਪਣੇ। ਚਾਚਾ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਤੁਸੀਂ ਗਲਤ ਸੋਚ ਰਹੇ ਹੋ। ਮੇਰੀ ਪੂਰੀ ਗੱਲ ਸੁਣੋ ਪਹਿਲਾਂ। ਇਹ ਤਾਂ ਬਸ ਵੈਸੇ ਮੇਰੇ ਨਾਲ ਗੱਲ ਕਰਨ ਆਈ ਸੀ ਕੋਈ, ਅਤੇ ਜੱਸੀ ਕਿੱਥੇ ਪਹਿਲਾਂ ਮੈਨੂੰ ਦੱਸੋ। ਅੰਦਰ ਹੀ ਹੈ ਕੀ? ਜੱਸੀ, ਜੱਸੀ, ਉਰੇ ਜੱਸੀ। ਹਾਂ ਜੱਸੀ ਨਾਲ ਕੀ ਗੱਲ ਕਰੀ ਤੈਨੇ? ਹਾਂ ਬਾਪੂ। ਜੱਸੀ ਮੈਂ ਤੈਨੂੰ ਕਿੰਨੇ ਵਾਰ ਸਮਝਾਇਆ, ਤੈਨੂੰ ਸ਼ਰਮ ਨਹੀਂ ਆਈ? ਚਾਚਾ ਇਹਨੇ ਤੈਨੂੰ ਕੁਝ ਦੱਸਣਾ ਨਹੀਂ, ਮੈਂ ਹੀ ਦੱਸ ਦਿੰਦਾ ਤੈਨੂੰ ਅੱਜ। ਕੀ ਦੱਸਣਾ ਸੰਜੇ ਤੂੰ? ਬਸ ਚੁੱਪ ਕਰ ਜਾ ਕੁੜੀਏ। ਚਾਚਾ ਕਹਿੰਦੇ ਹੋ ਸ਼ਰਮ ਤਾਂ ਮੈਨੂੰ ਬਹੁਤ ਆ ਰਹੀ ਹੈ, ਪਰ ਹੇ ਕੁੜੀ ਨਾ ਮੈਨੂੰ ਦੋ ਦਿਨ ਵਾਰ ਇਹ ਕਹਿ ਚੁੱਕੀ ਮੈਂ ਤੇਰੇ ਨਾਲ ਵਿਆਹ ਕਰਾਉਣਾ, ਮੈਂ ਤੈਨੂੰ ਭੈਣਾਂ ਵਾਂਗੂ ਸਮਝਦਾ। ਜੱਸੀ ਆ ਕੀ ਸੁਣ ਰਿਹਾ ਮੈਂ? ਕੁੜੀਏ ਆ ਕੁਛ ਕਰਦੀਆਂ ਤੂੰ, ਤੇਰੇ ਭਰਾਵਾਂ ਵਰਗਾ ਉਹ ਜਿਹਨੂੰ ਬਦਨਾਮ ਕਰੀ ਜਾਂਦੇ ਮੈਂ, ਤੂੰ ਤਾਂ ਕਿ ਪ੍ਰੀਤ ਜਾਂਦੀ ਆ ਮਿਲਣ ਵਾਸਤੇ। ਨਹੀਂ ਚਾਚਾ ਮੈਂ ਤਾਂ ਦੱਸ ਦੇ ਵੀ ਸ਼ਰਮ ਆ ਰਹੀ ਹੈ, ਮੈਂ ਤੈਨੂੰ ਪਿਆਰ ਨਾਲ ਵੀ ਸਮਝਾ ਕੇ ਦੇਖ ਲਿਆ ਅਤੇ ਗੁੱਸੇ ਨਾਲ ਵੀ, ਪਰ ਇਹ ਮੰਨੀ ਨਹੀਂ। ਮੈਨੂੰ ਤਾਂ ਗੱਲ ਕਰਦੇ ਵੀ ਸ਼ਰਮ ਆ ਰਹੀ ਹੈ ਚਾਚਾ। ਤੁਸੀਂ ਕਿਉਂ ਸ਼ਰਮ ਕਰ ਰਹੇ ਹੋ? ਤੁਸੀਂ ਕਿਹੜਾ ਕੁਛ ਗਲਤ ਕੀਤਾ? ਸ਼ਰਮ ਤਾਂ ਇਹਨੂੰ ਆਉਣੀ ਚਾਹੀਦੀ ਹੈ, ਇਹਨੂੰ ਸਮਝਾਇਆ ਵੀ ਹੈ ਕਿ ਤੁਹਾਡਾ ਰਿਸ਼ਤਾ ਕੀ ਹੈ, ਭੈਣ ਭਰਾ ਲੱਗਦੇ ਹੋ ਤੁਸੀਂ, ਇੱਕੇ ਪਿੰਡ ਵਿੱਚ ਰਹਿੰਦੇ ਹੋ, ਫਿਰ ਵੀ ਦੱਸ ਸੱਚ ਕਰਦੀ ਹੈ ਨਾ ਪਿਆਰ ਤੋਂ ਸੰਜੇ ਨੂੰ? ਬੋਲਦੀ ਕਿਉਂ ਨਹੀਂ? ਸ਼ਰਮ ਆਉਂਦੀ ਹੈ ਮੈਨੂੰ ਤੇਰੇ ਤੇ, ਔਰ ਉਲਟ ਫੁੱਫੜ ਜੀ ਮੈਨੂੰ ਬਦਨਾਮ ਕਰ ਰਹੀ ਹੈ, ਮੈਨੂੰ ਗਲਤ ਠਹਿਰਾ ਰਹੀ ਹੈ ਤੁਹਾਡੇ ਸਾਹਮਣੇ। ਚਾਚਾ ਇਹ ਕੁੜੀ ਦੀ ਕੋਈ ਗਲਤੀ ਨਹੀਂ ਹੈਗੀ, ਇਹ ਤੈਨੂੰ ਬਦਨਾਮ ਕਰਨ ਵਾਸਤੇ ਨਹੀਂ ਜਾਣ ਕੇ ਆਪਣੇ ਕੀ ਕੁਛ ਕਹਿਤਾ ਤੁਹਾਨੂੰ, ਬਸ ਤਾਂ ਉਹੀ ਗੱਲਬਾਤ ਕਰ ਰਹੇ ਸੀ ਬਸ। ਫੁੱਫੜ ਜੀ ਤੁਹਾਨੂੰ ਵੀ ਇੱਕ ਸੱਚ ਮੈਂ ਦੱਸਣਾ ਚਾਹੁੰਦੀ ਹਾਂ, ਮੈਨੂੰ ਸੰਜੇ ਚੰਗਾ ਲੱਗਦਾ, ਬਹੁਤ ਅਲੱਗ ਮੁੰਡਾ, ਮਿਹਨਤੀ ਹੈ। ਅੱਜ ਕੱਲ੍ਹ ਦੀ ਦੁਨੀਆ 'ਚ ਜਿਹੋ ਜਿਹੇ ਮੁੰਡੇ ਹੈ ਨਸ਼ੇ ਪੱਤਿਆਂ ਦੇ ਪਿੱਛੇ ਲੱਗੇ ਹੋਏ ਹੈ, ਆਪਣੇ ਬਾਪ ਦੇ ਪੈਸਿਆਂ 'ਤੇ ਅਯਾਸ਼ੀ ਕਰਦੇ ਹੈ, ਪਰ ਇਹਦੇ ਵਿੱਚ ਮੈਂ ਕੁਛ ਗੁਣ ਦੇਖੇ ਜੋ ਅਲੱਗ ਨੇ, ਆਪਣੇ ਦਮ 'ਤੇ ਕੁਛ ਕਰਨਾ ਚਾਹੁੰਦਾ, ਮੈਨੂੰ ਇਹ ਚੀਜ਼ ਚੰਗੀ ਲੱਗੀ। ਸੰਜੇ ਐਂ ਦੱਸ ਮੈਨੂੰ ਪ੍ਰੀਤ ਤੈਨੂੰ ਪਸੰਦ ਆ? ਚਾਚਾ ਚੰਗੀ ਕੁੜੀ ਹੈ, ਇਹੋ ਜਿਹੀ ਕੁੜੀਆਂ ਕਿੱਥੇ ਅੱਜ ਕੱਲ੍ਹ ਮਿਲਦੀਆਂ ਨੇ, ਨਾਲੇ ਤਾਂ ਸ਼ਹਿਰ ਪੜ੍ਹਦੀ ਆ, ਤੁਹਾਨੂੰ ਪਤਾ ਹੀ ਹੈ ਕੀ ਮਾਹੌਲ ਅੱਜ ਕੱਲ੍ਹ। ਚੱਲ ਕੋਈ ਨਾ ਫਿਰ ਸੰਜੇ, ਪ੍ਰੀਤ ਮੈਂ ਤੇਰੇ ਮੰਮੀ ਡੈਡੀ ਨਾਲ ਗੱਲ ਕਰੂੰਗਾ ਤੇਰੇ ਰਿਸ਼ਤੇ ਦੀ, ਠੀਕ ਹੈ ਨਾ? ਪਰ ਮੈਂ ਨਹੀਂ ਮਿਲਦਾ ਹੈਗਾ। ਨਹੀਂ ਅੱਛਾ ਜੀ ਮੈਂ ਤਾਂ ਕੰਮ ਕਰ ਰਿਹਾ ਸੀ ਉਹ ਤਾਂ, ਚਲੋ ਤੇ ਇੱਕ ਗੱਲ ਹੋਰ, ਅੱਛਾ ਜੇ ਹੁਣ ਗੱਲ ਕਰੋਗੀ ਤਾਂ ਮੇਰੇ ਘਰੇ ਵੀ ਤੁਸੀਂ ਇਹ ਗੱਲ ਕਰ ਲਿਓ, ਮੈਨੂੰ ਤਾਂ ਸੰਗ ਲੱਗਦੀ ਹੈ। ਕੋਈ ਗੱਲ ਨਹੀਂ ਪੁੱਤ ਮੈਂ ਕਰ ਲੂੰਗਾ, ਚੱਲ ਜਾ ਹੁਣ ਤੂੰ। ਹੈਂ ਚੰਗਾ ਜੀ, ਚੱਲ ਠੀਕ ਆ, ਚੱਲ ਤੁਸੀਂ ਵੀ ਜਾਓ ਕੰਮ ਕਰ ਲਓ ਕੋਈ।